बस कर बस। नाना पी लैन दे मैनू। डैडी ने मना किया नहीं पीना। ना डैडी ने मैनू पानी पीने तो रोकिया है, अपने प्यो तो कदे शराब पीने तो नहीं रोकता। ले पम्मी पुत चल आ पुत अंदर आ जा। जानी शदैणे जी ये आउंदे कशोमत लाती सारे चौल खलारते साडे। ए शगन हुंदा उठ। ते फिर बासमती पाउंदे की लोड़ सी, परमल नहीं पा सकदी। ना परमल पाउण नूं मैं इत्थे खीर बनाउण लगी आं। प्यो ते ही गया वा। चल सही क्या है, व्याह हुंदे मिट्टी पलीत शुरू। ਤੁਸੀਂ ਬਾਹਰ ਜਾਓ, ਤੁਹਾਨੂੰ ਸ਼ਿੰਦੋ ਮਾਸੀ ਬੁਲਾਉਣ ਡਈ। ਅੱਛਾ ਤੁਹਾਨੂੰ ਨਹੀਂ, ਇਹਨਾਂ ਦੀਆਂ ਨੂੰ ਜਾਓ। ਹੈਲੋ ਜੱਸ। ਹਾਂ ਯਾਰ ਕਿੱਥੇ ਆ ਤੂੰ? ਗੋਏ ਚ ਕਮਰੇ ਦੀ ਹਾਲਤ ਵੇਖ ਆ ਗਏ। ਉਹ ਕੀ ਹੋ ਗਿਆ? ਸੁਹਾਗ ਰਾਤ ਦਾ ਘੱਟ ਰਿਫਿਊਜੀ ਕੈਂਪ ਚ ਰੱਖਿਆ। ਉਹ ਯਾਰ ਤੂੰ ਸਬਰ ਰੱਖ, ਤੂੰ ਦਿਨੇ ਮਨਾਲੀ ਸੁਹਾਗ ਰਾਤ ਕੀ ਹੋ ਚੱਲਿਆ ਯਾਰ? ਸੁਹਾਗ ਰਾਤ ਵਾਲੇ ਦਿਨ ਰਾਤ ਨੂੰ ਆਉਂਦੀ ਸੁਹਾਗ ਰਾਤ। ਉਹ ਯਾਰ ਮੈਨੂੰ ਇਹ ਤੇ ਦੱਸ, ਸੁਹਾਗ ਰਾਤ ਚ ਹੁੰਦਾ ਕੀ ਹੈ? ਇਹੀ ਪਤਾ ਕਰਨ ਵਾਸਤੇ ਤਾਂ ਮੈਂ ਵਿਆਹ ਕੀਤਾ ਹੈ। ਜਾ ਯਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਲਾਡੀ। ਮੈਂ ਪੰਮੀ। ਤੁਹਾਨੂੰ ਪਤਾ ਅੱਜ ਤੋਂ ਬਾਅਦ ਮੈਂ ਤੁਹਾਡਾ ਘਰ ਵਾਲਾ ਬਣ ਗਿਆ। ਤੁਹਾਨੂੰ ਪਤਾ? ਹਾਂਜੀ ਦੱਸਿਆ ਸੀ ਮੰਮੀ ਨੇ। ਵਿਆਹ ਕਰਾ ਕੇ ਨਾ ਮੇਰਾ ਮਨ ਬੜਾ ਖੁਸ਼ ਹੈ। ਥੈਂਕ ਯੂ। ਅੰਗਰੇਜ਼ੀ ਆਉਂਦੀ ਹੈ? ਹਾਂਜੀ। ਇਸ ਖੁਸ਼ੀ ਦੇ ਮੌਕੇ 'ਤੇ ਕੁਝ ਸਤਰਾਂ ਪੇਸ਼ ਕਰਨ ਜਾ ਰਿਹਾ। ਤੇਰੀ ਇਹ ਖਾਮੋਸ਼ੀਆਂ, ਤੇਰੀ ਇਹ ਨਾਮੋਸ਼ੀਆਂ ਯਾਦ ਰੱਖੂੰਗਾ ਮੈਂ, ਜਬ ਤੱਕ ਹੈ ਜਾਨ, ਜਬ ਤੱਕ ਹੈ ਜਾਨ। ਇੰਨਾ ਪਿਆਰ, ਦੋ ਸਤਰਾਂ ਸੁਣ ਕੇ ਤੁਹਾਡਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗ ਪਿਆ। ਧੱਕ 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 ਧੱਕ। ਮੇਰਾ ਦਿਲ ਨਹੀਂ ਬੂਆ ਖੜਕਦਾ ਪਿਆ, ਖੋਲੋ ਜਾ ਕੇ। ਕੌਣ ਹੈ? ਕਿੱਥੋਂ ਤੇ ਆਉਣਾ? ਇੱਥੇ ਲਾ ਦਾ। ਦਰਵਾਜ਼ਾ ਖੋਲ ਦਿਆ ਤੇ ਚਾਬੀ ਬਾਕੀ, ਤੈਨੂੰ ਫੜ ਕੇ ਬਾਹਰ ਕਰਦਾ ਤੇ ਭਾਬੀ ਬਾਕੀ। ਥੱਪੜ ਲੱਗਾ ਇਹ ਮੇਰੀ ਭੂਆ ਦਾ ਮੁੰਡਾ ਸੀ ਜੀ। ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦੇਣਾ, ਫੁੱਲ ਤੇ ਬਿਲਕੁਲ ਨਹੀਂ ਲੈਣਾ ਇਹਦੇ ਕੋਲੋਂ ਜੀ। ਸਤਰਾਂ ਵਿੱਚ ਰਹਿ ਗਈਆਂ ਸੀ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਕਲੀਆਂ। ਤੇਰੀ ਗਲੀਆਂ ਗਲੀਆਂ ਤੇਰੀ ਗਲੀਆਂ, ਮੁਝਕੋ ਭਾਏ ਗਲੀਆਂ ਤੇਰੀ ਗਲੀਆਂ। ਕੌਣ ਯਾਰ?
ਕੀ ਹੈ ਯਾਰ? ਉਹ ਆਪਣਾ ਫੁੱਫੜੂਟੀਆਂ ਕਰੀ ਜਾਂਦਾ ਉੱਥੇ ਖਲੋ ਕੇ। ਇੱਥੇ ਨਸ਼ਾ ਮੁਕਤੀ ਕੇਂਦਰ ਖੋਲਿਆ, ਜਾਓ ਹਸਪੀਟਲ ਲੈ ਕੇ ਜਾਓ। ਯਾਰ ਕਿਤੇ ਮੈਨੂੰ ਰਿਸ਼ਤੇਦਾਰਾਂ ਦੀ ਸਮਝ ਨਹੀਂ ਆਉਂਦੀ, ਲੋਕਾਂ ਦੇ ਰਿਸ਼ਤੇਦਾਰ ਵਿਆਹ ਵਿੱਚ ਭੰਗੜੇ ਪਾਉਂਦੇ ਆ, ਸਾਡੇ ਸਾਡੇ ਉੱਠੀਆਂ ਕਰ ਕਰ ਗੰਦੀ ਪਾਈ ਜਾਂਦੇ ਆ। ਚਾਹੀਦਾ ਕੀ ਹੈ? ਚਾਬੀ ਦੇ ਉਹਨੂੰ ਮੈਂ ਹਸਪਤਾਲ ਛੱਡ ਕੇ ਆਵਾਂ। ਦੱਸਿਆ ਸੀ ਨਾ ਮੈਂ ਭੂਆ ਦਾ ਮੁੰਡਾ, ਮੂੰਹ ਨੀ ਲਾਉਣਾ ਉਹਨੇ। ਮੈਂ ਛੇੜ ਸਕਦਾ ਤੁਹਾਨੂੰ? ਕਿੱਦਾਂ? ਤੁਹਾਨੂੰ ਪਤਾ ਅੱਜ ਤੋਂ ਬਾਅਦ ਤੁਸੀਂ ਇੱਥੇ ਮੇਰੇ ਨਾਲ ਵਿਆਹ ਕਰਨਾ। ਹੁਣ ਕੀ ਹੋਇਆ ਮੰਮੀ? ਲਾਡੀ ਪੁੱਤ, ਬਰਾਂਡੇ ਦਾ ਪੱਖਾ ਖਰਾਬ ਹੋ ਗਿਆ, ਸਾਰਿਆਂ ਦੀ ਬਹੁਤ ਬੁਰੀ ਹਾਲਤ ਆ ਗਰਮੀ 'ਚ। ਆਵੇਖ ਕੁੜੀਆਂ ਦਾ ਹਾਲ, ਕਿਵੇਂ ਵਿਚਾਰੀਆਂ ਉਹਨੇ ਇੰਚ ਗਰਮੀ 'ਚ ਮਰੀਆਂ ਪਈਆਂ। ਪੈ ਜਾਂਦੇ ਪੁੱਤ ਇੱਥੇ, ਆਵੇ ਤੇਰੇ ਕਮਰੇ ਦਾ ਪੱਖਾ ਚੱਲ। ਠੀਕ ਆ, ਤੁਸੀਂ ਸਾਰਾ ਟੱਬਰ ਇੱਥੇ ਪੈ ਜਾਓ, ਮੈਂ ਇਕੱਲੇ ਜਾ ਕੇ ਬਾਹਰ ਸੌ ਜਾਂਦਾ। ਪੈ ਜਾਓ ਜਾ ਕੇ, ਖਿਲਰ ਜਾਓ, ਜਾਓ ਆਜੋ ਪੁੱਤ, ਚਲ ਜਾਓ। ਪੈ ਜਾਓ ਉੱਪਰ ਨੂੰ ਹੋ ਜਾਓ। ਇਹਦੇ ਮੈਂ ਚੰਗੀ ਮਾੜੀ ਹੋਈ ਇਸਲਾ ਬਾਹਰ ਸੁੱਤਾ ਵਿਆਹ ਕੇ ਵੀ। ਹਾਂਜੀ, ਮੈਂ ਠੀਕ ਹਾਂ। ਨਹੀਂ ਨਹੀਂ, ਉਹਨਾਂ ਨੇ ਕਿਹਾ ਸੀ। ਹਾਂਜੀ ਹਾਂਜੀ, ਅੱਜ ਕੋਈ ਰਿਸ਼ਤੇਦਾਰ ਨਹੀਂ ਹੈਗਾ ਘਰ 'ਚ। ਸੁਹਾਗ ਰਾਤ 'ਤੇ ਨਹੀਂ ਮਨਾ ਸਕਿਆ, ਪਰ ਸੁਹਾਗ ਦਿਨ ਜ਼ਰੂਰ ਮਨਾਵਾਂਗਾ, ਕਿਉਂਕਿ ਅੱਜ ਕੋਈ ਨਹੀਂ। ਅੱਛਾ, ਬਾਕੀ ਗੱਲਾਂ ਛੱਡੋ, ਤੁਸੀਂ ਇਹ ਦੱਸੋ ਕਿ ਰਾਹੁਲ ਦਾ ਕੀ ਹਾਲ ਹੈ? ਹਾਂ, ਵਿਆਹ ਭਾਵੇਂ ਮੇਰਾ ਲਾਡੀ ਨਾਲ ਹੋ ਗਿਆ, ਪਰ ਮੈਨੂੰ ਅਜੇ ਵੀ ਰਾਹੁਲ ਦੀ ਬੜੀ ਯਾਦ ਆਉਂਦੀ ਹੈ। ਮੇਰੀ ਗੱਲ ਸੁਣੋ, ਹਾਂ ਮੈਨੂੰ ਕੱਲ ਪਿੰਡ ਲੈ ਜਾਓ, ਮੈਨੂੰ ਮੰਮੀ ਡੈਡੀ ਦੀ ਬੜੀ ਯਾਦ ਆਉਂਦੀ ਹੈ। ਲੱਗ ਗਿਆ ਪਤਾ ਮੈਨੂੰ ਮਿਲਣ ਦਾ ਬੜਾ ਦਿਲ ਕਰ। ਲੈ ਜਾਓ, ਹਾਂ ਜ਼ਰੂਰ ਲੈ ਕੇ ਜਾਓ। ਲੈ ਜਾਓ, ਹਾਂ ਮੈਂ ਕਿਹਾ ਹੁਣ ਤੇ ਜ਼ਰੂਰ ਲੈ ਕੇ ਜਾਊਂਗਾ। ਉਹ ਜਗੀਰੀਏ, ਉਹ ਫੱਤੂ, ਕੱਲ ਆਪਣੀ ਪੰਮੀ ਆ ਰਹੀ ਆਪਣੇ ਰਾਹੁਲ ਨੂੰ ਮਿਲਣ। ਉਹ ਜਾ ਜਾ ਕੇ ਕਹਿ ਦੇ ਰਾਹੁਲ ਨੂੰ।
ਦੀ ਜਾਨ ਆ ਰਹੀ ਹੈ ਉਹਨੂੰ ਮਿਲਣ। ਅੱਛਾ ਬਾਪੂ। ਆਹੋ ਜਾ ਜਾ ਭੱਜ ਕੇ ਜਾ, ਦੱਸ ਕੇ ਆ ਉਹਨੂੰ। ਛੇਤੀ ਛੇਤੀ ਲਾ ਦੋ ਇਹਨਾਂ ਲੜੀਆਂ ਨੂੰ। ਆ ਟੈਂਟ ਹਾਊਸ ਵਾਲਿਆਂ ਦਾ ਸਮਾਨ ਜਮਾਂ ਕਰਾਓ, 3 ਦਿਨ ਹੋ ਗਏ ਕਿਰਾਇਆ ਪੈਂਦੇ ਨੂੰ। ਲਾ ਦਿੰਦੇ ਆ, ਕਿਉਂ ਰੌਲਾ ਪਾਇਆ ਸਵੇਰੇ ਸਵੇਰੇ ਜਵਾਕ ਤੋਰ ਲੈਣ ਦੇ ਪਹਿਲਾਂ। ਚੰਗਾ ਮੰਮੀ। ਚੰਗਾ ਲਾਡੀ ਪੁੱਤ। ਚੰਗਾ ਡਾਡੀ। ਜਿਉਂਦਾ ਰਹਿ। ਇਹਦਾ ਖਿਆਲ ਰੱਖੀ ਉੱਥੇ ਜਾ ਕੇ। ਖਿਆਲ ਰੱਖਾਂਗਾ ਇਹਦਾ ਮੈਂ। ਜਸ ਵੇਲੋ ਹਜੇ ਤੱਕ ਨਹੀਂ ਆਇਆ, ਬੱਸ ਨਿਕਲ ਜਾਣੀ, ਲੇਟ ਹੁੰਨੇ ਪਏ ਅਸੀਂ। ਵੇ ਆਜੂਗਾ, ਵੇਖ ਕਿੱਥੇ ਆ। ਮੈਨੂੰ ਕੀ ਪਤਾ। ਇਹ ਨਾ ਬੰਦਾ ਬਣਿਆ, ਹੋਣਾ ਇੱਥੇ ਕਿਤੇ ਟਪੂਸੀਆਂ ਮਾਰਦਾ। ਜਸ ਜਸ ਉਹ ਜਸ ਆ ਗਿਆ। ਮਾਮਾ ਆ ਗਵਾਂਢੀਆਂ ਨੂੰ ਸਮਝਾ ਲਾ, ਐਵੇਂ ਔਖੇ ਹੁੰਦੇ ਰਹਿੰਦੇ, ਕਹਿੰਦੇ ਪੀ ਕੇ ਲਲਕਾਰੇ ਮਾਰਦੇ ਸੀ, ਹੁਣ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਵਾ, ਤੂੰ ਦੱਸ ਭਈਆ ਕਿ ਬੰਦਾ ਲਲਕਾਰੇ ਨਾ ਮਾਰੂਗਾ। ਮਾਮਾ ਮੈਂ ਤੇ ਤੈਨੂੰ ਇੱਕੋ ਗੱਲ ਕਹਿਣਾ ਕਿ ਮੇਰਾ ਵਿਆਹ ਨਾ ਤੂੰ ਕਿਸੇ ਟੈਂਟ ਵਾਲੇ ਦੀ ਕੁੜੀ ਨਾਲ ਕਰਦੇ, ਨਾ ਸਮਾਨ ਛੱਡਣ ਦਾ ਪੰਗਾ, ਜਦੋਂ ਜੀ ਕੀਤਾ ਲੜੀਆਂ ਲਾ ਲਈਆਂ ਘਰੇ ਕਿ ਨਹੀਂ। ਮੰਮੀ ਨੇ ਛਿੱਤਰ ਪਵਾ ਦੇਣੇ ਸਾਨੂੰ, ਨਾ ਹੀ ਭੇਜੋ ਇਹਨੂੰ ਮੇਰੇ ਨਾਲ। ਉਹ ਨਹੀਂ ਪਵਾਉਂਦਾ ਛਿੱਤਰ, ਮੇਰੀ ਗੱਲ ਸੁਣ ਲਾ। ਐਵੇਂ ਨਾ ਉੱਥੇ ਬੋਦੇ ਬਖੇਰ ਕੇ ਟਪੂਸੀਆਂ ਮਾਰਦਾ ਫਿਰੀ, ਧਿਆਨ ਨਾ ਰਹੀ ਬੰਦਾ ਬਣ ਕੇ, ਹੋ ਸਕਦਾ ਤੈਨੂੰ ਵੀ ਕੋਈ ਕੁੜੀ ਪਸੰਦ ਕਰ ਲੇ। ਹੈ ਮਾਮਾ। ਚਲੋ ਫਿਰ ਮੈਡਮ ਜੀ, ਚਲ ਤੁਹਾਡਾ ਫੇਰਾ ਪਵਾ ਲਿਆ ਵਾ। ਚਲੋ ਹੁਣ ਲੇਟ ਹੁੰਦੇ ਪਏ ਆ, ਬੱਸ ਲੰਘ ਜਾਣੀ ਆ। ਚਲੋ ਤੂੰ ਨਾ ਲੱਗੂਗਾ। ਅੱਛਾ ਮੰਮੀ। ਲੜੀਆਂ ਲਾ ਦੇ, ਨਹੀਂ ਤੇ ਤੈਨੂੰ ਮੈਂ ਲਾ ਦੇਣਾ। ਮੈਂ ਕਹਿੰਦਾ ਰੋ ਨਾ ਪੀਲ ਗਿਆ ਆਪਾਂ। ਬੈਰ ਮਾਨਾ ਯਾਰ, ਬਸ ਪਿੱਛੇ ਮਾਤਾ। ਧਿਆਨ ਨਾ ਖਲੋ, ਐਵੇਂ ਤਾਂ ਬੰਦ ਲੈ ਫਿਰਦਾ ਹਰ ਜਗ੍ਹਾ ਤੇ। ਮੇਰੇ ਕੋ ਰਹਿੰਦੇ ਜੇ ਤੂੰ ਫੜਨੀਆਂ ਸਾਰੀਆਂ ਫੜ ਲੈ ਇਕੱਠੀਆਂ। ਹੈਲੋ ਹੈਲੋ ਰਾਹੁਲ, ਹੈਲੋ ਹੈਲੋ ਰਾਹੁਲ, ਲੱਗਦਾ ਬੈਲੈਂਸ ਖਤਮ ਹੋ ਗਿਆ, ਆਪਣਾ ਫੋਨ ਦਿਓ ਜਰਾ। ਅੱਛਾ ਹੁਣ ਫੋਨ ਵੀ ਮੈਂ ਦਵਾਂ? ਵਿਆਹ ਤੂੰ ਕਰਾਇਆ ਤੇ ਫੋਨ ਵੀ ਤੂੰ ਹੀ ਦੇਣਾ, ਹੋਰ ਕਨੈਕਟਰ ਨੇ ਥੋੜੀ ਦੇਣਾ। ਆ ਲੋ ਭਾਬੀ ਮੇਰਾ ਫੋਨ ਲੈ ਲੋ, ਸਿੱਧੇ ਪਾਸੇ ਸਿੱਧੇ ਪਾਸੇ। ਮੈਨੂੰ ਲੱਗਦਾ ਤੂੰ ਵੀ ਇਹਦੇ ਨਾਲ ਸਾਜਿਸ਼ ਮਿਲਿਆ। ਯਾਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਤੂੰ ਸਹੁਰੇ ਚੱਲਿਆ ਕਿ ਪਾਣੀਪਤ ਦੀ ਲੜਾਈ ਤੇ ਚੱਲਿਆ, ਗੱਲਾਂ ਕਿੱਦਾਂ ਦੀ ਕਰਨੇ ਆ? ਬੜੀ ਡੂੰਗੀ ਗੱਲ ਆ ਯਾਰ। ਕੀ ਡੂੰਗੀ ਗੱਲ, ਡੂੰਗੀ ਗੱਲ ਆਈ, ਮੈਂ ਤੇਰੇ ਕੰਨ ਤੇ ਮਾਰ ਨਹੀਂ ਮੈਂ ਨਹੀਂ ਵੇਖਣਾ ਤੇਰਾ ਨਵਾਂ ਨਵਾਂ ਵਿਆਹ ਆ। ਕੀ ਗੱਲ ਕੀ ਆ? ਜਾਣਦਾ ਯਾਰ ਮੈਂ ਤੇ ਬਿਲਕੁਲ ਵਧੀਆ। ਚਾਹ ਚੋ ਡਬੋ ਕੇ ਕੱਢ ਦਈਏ ਤੇ ਰਸ ਬਾਕੀ, ਬਸ ਚੋ ਬੰਦਾ ਸੁੱਟ ਦਈਏ ਤੇ ਜਸ ਬਾਕੀ। ਭਾਬੀ ਕਿਧਰ ਨੂੰ ਜਾਣਦੀ ਆ? ਬੜੀ ਡੂੰਗੀ ਗੱਲ ਆ। ਓ ਮੇਰਿਆ ਭਰਾਵਾ ਕਿੰਨੀ ਕੁ ਡੂੰਗੀ ਗੱਲ ਆ, ਮੈਨੂੰ ਦੱਸ ਦੇ, ਇੱਥੇ ਬਹਿ ਕੇ ਦੱਸ ਦੇ ਯਾਰ। ਮੈਂ ਕੀ ਦੱਸਾਂ ਯਾਰ, ਮੈਂ ਦੱਸਣਾ ਤੇ ਨਹੀਂ ਸੀ ਚਾਹੁੰਦਾ ਪਰ ਕਿਸੇ ਨੂੰ ਦੱਸੀ ਨਾ। ਨਹੀਂ ਦੱਸਦਾ ਯਾਰ। ਤੇਰੀ ਭਾਬੀ ਚਾਲੂ ਹੀ, ਭਾਬੀ ਚਾਲੂ ਵਿਆਹ ਤੇ ਇਹਦਾ ਮੇਰੇ ਨਾਲ ਹੋਇਆ, ਪਰ ਇਹ ਕਿਸੇ ਰਾਹੁਲ ਨੂੰ ਪਿਆਰ ਕਰਦੀ ਆ, ਉਹਦੇ ਨਾਲ ਗੱਲ ਕਰਨ ਡਈ ਆ ਫੋਨ ਤੇ, ਉਹਨੇ ਮਿਲਣ ਚੱਲੀ ਉਹਦੇ ਘਰ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਘਰ ਵਾਲੀ ਤੇਰੀ ਗੱਲ ਕਿਸੇ ਨਾਲ ਕਰਦੀ, ਤੂੰ ਕਰਦਾ ਕਿਉਂ ਨੀ ਕੁਛ? ਕੀਤਾ ਕਿਉਂ ਨੀ, ਆ ਵੇ ਕਰਨ ਵਾਸਤੇ ਲਿਆਂਦਾ ਮੈਂ ਨਾਲ। ਤੂੰ ਹੁਣ ਜ਼ਹਿਰ ਪੀਵੇਂਗਾ, ਮੈਂ ਨੀ ਤੈਨੂੰ ਪੀਣ ਦੇਣੀ, ਉਹ ਜਨਾਨੀ ਕਰਕੇ ਜਾਂਦਾ ਹੈਗਾ। ਤੇਰਾ ਦਿਮਾਗ ਖਰਾਬ ਆ, ਜ਼ਹਿਰ ਆਪਣੇ ਪੀਣ ਥੋੜੀ ਲਿਆਂਦਾ ਮੈਂ। ਫਿਰ ਇਹ ਤਾਂ ਜਦੋਂ ਆਪਣੇ ਯਾਰ ਨੂੰ ਮਿਲੂਗੀ ਨਾ ਰਾਹੁਲ ਨੂੰ, ਦੋਵਾਂ ਉੱਥੇ ਇਕੱਠਿਆਂ ਪਿਆਉਂਗਾ, ਤਾਂ ਹੀ ਐਡੀ ਵੱਡੀ ਬੋਤਲ ਲੈ ਕੇ ਆਇਆ ਮੈਂ। ਠੀਕ ਹੈ, ਉੱਥੇ ਪਹੁੰਚ ਕੇ ਤੇ ਇਕੱਠਿਆਂ ਪੈਂਗਾ ਦੋਨਾਂ ਨੂੰ, ਪਿਆਏਗਾ ਤੇ ਤਾਂ ਹੀ ਨਾ ਜੇ ਉੱਥੇ ਪਹੁੰਚੇਗਾ।
ਬੱਸ ਤੇ ਤੇਰੀ ਲੰਘ ਗਈ ਆ, ਤੇਰੇ ਸਹੁਰਿਆਂ ਨੂੰ ਨਾਲੇ ਇੱਕੋ ਹੀ ਬੱਸ ਜਾਂਦੀ ਆ, ਹੁਣ ਬਹਿ ਕੇ ਡੀਕੋ। ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ ਯਾਰੋ, ਆਉਂਦੀਆਂ ਹੀ ਰਹਿਣੀਆਂ। ਯਾਰ ਮੇਰੀ ਗੱਲ ਸੁਣ, ਹਾਂ ਤੂੰ ਕੋਈ ਸਕੀਮ ਲਗਾ ਹਾਂ ਪਲੀਜ਼। ਸਕੀਮ? ਹਾਂ ਸਕੀਮ ਸੋਚਣੀ ਪੈਣੀ ਆ, ਪਹੁੰਚਣ ਦੀ ਸੋਚ ਸੋਚ। ਸਕੀਮ ਤਾਂ ਉਧਰ ਲਾ ਲਈ ਭਾਬੀ ਨੇ, ਲੱਗੀ ਉਧਰ ਵੇਖਾ ਭਾਬੀ ਨੇ ਲਾ ਲਈ ਆ। ਵੈ ਮੈਂ ਤੈਨੂੰ ਦੱਸਾਂ, ਮੈਨੂੰ ਲੱਗਦਾ ਭਾਬੀ ਚਾਲੂ ਦੇ ਨਾਲ ਨਾਲ ਸਕੀਮੀ ਵੀ ਬੜੀ ਆ। ਨਿਕਲ ਗਈ ਆ, ਉਹ ਨਿਕਲ ਨੀ ਗਈ, ਉਹਦੇ ਨਾਲ ਬਹਿ ਕੇ ਗਈ ਹੈ। ਬੱਲੇ ਬੱਲੇ ਬੱਲੇ, ਉਹ ਮੇਰਾ ਪੁੱਤ ਆ ਗਿਆ ਬਈ। ਵਾਹ ਬਈ ਵਾਹ ਬੇਬੀ ਜੀ, ਪੁੱਤ ਠੀਕ ਹੈ? ਪੁੱਤ ਪੰਮੀਏ, ਰਾਹੁਲ ਤੈਨੂੰ ਮਿਲਣ ਲਈ ਸਵੇਰ ਦਾ ਕਾਲਾ ਪਿਆ ਆ। ਕਾਲਾ ਕੀ, ਉਹ ਤਾਂ ਤੜਫਦਾ ਪਿਆ ਤੇਰੀ ਯਾਦ 'ਚ। ਅੱਛਾ ਪੁੱਤ, ਕਹਿ ਦੇ ਭਾਬੀ ਚਾਲੂ ਤੈਨੂੰ ਸਾਰਾ ਕੰਮ ਹੀ ਚਾਲੂ ਲੱਗਣ ਦੇ ਆ। ਜਵਾਈ ਭਾਈ ਦੇ ਸਾਹਮਣੇ ਕੁੜੀ ਦੇ ਆਸ਼ਕ ਦੀਆਂ ਗੱਲਾਂ ਕਰੀ ਜਾਂਦੇ ਅਗਲੇ। ਦੀਦੀ, ਹਾਂ ਰਾਹੁਲ ਨੇ ਤੇਰੇ ਬਿਨਾਂ ਕੁਛ ਨਹੀਂ ਖਾਧਾ। ਕੋਈ ਨੀ, ਦੋਨਾਂ ਨੂੰ ਮੈਂ ਇਕੱਠਿਆਂ ਹੀ ਖਵਾਉਂਗਾ। ਬਾਪੂ ਜੀਜਾ ਕਹਿੰਦਾ ਦੋਨਾਂ ਨੂੰ ਇਕੱਠਿਆਂ ਖਵਾਉਂਗਾ। ਤੂੰ ਕਦੋਂ ਕਿਹਾ ਓਏ? ਮੈਂ ਤੇ ਮਨ 'ਚ ਸੋਚਿਆ। ਓਏ ਖਪਨਾ ਕਰ ਓਏ, ਤੂੰ ਛੇਤੀ ਪੰਮੇ ਨੂੰ ਰਾਹੁਲ ਨਾਲ ਮਿਲਾ, ਦੋਵੇਂ ਸਵੇਰ ਦੇ ਮਿਲਣ ਲਈ ਕਾਲੇ ਪਏ ਨੇ। ਕਾਲਾ ਤੇ ਮੈਂ ਵੀ ਬੜਾ ਪਿਆ ਹਾਂ। ਬਾਪੂ ਜੀਜਾ ਕਹਿੰਦਾ ਕਾਲਾ ਤੇ ਮੈਂ ਵੀ ਬੜਾ ਪਿਆ। ਓਏ ਤੂੰ ਫਾਲਤੂ ਨਾ ਬੋਲ, ਮੇਰੇ ਕੋਲ ਅੱਗੇ ਵੇਟ ਨਹੀਂ ਹੋ ਰਿਹਾ, ਮੈਨੂੰ ਛੇਤੀ ਰਾਹੁਲ ਨਾਲ ਮਿਲਾ ਚੱਲ। ਆ ਜਾ ਬਾਪੀ, ਮੈਨੂੰ ਵਾਵਾ ਕਾਲੀ ਦੀ ਲੱਗੀ ਹੈ। ਮੈਂ ਤਾਂ ਪੀਲਾ ਕਰੀ ਜਾਂਦੇ ਹਾਂ। ਹੌਸਲਾ ਕਰ ਭਾਬੀ, ਤੂੰ ਲੱਗੀ ਰਹਿ ਕੋਈ ਨੀ, ਉਧਰ ਹੀ ਲੱਗਦੀ ਹੈ, ਇਹਦੇ ਬਾਰੇ ਗੱਲ ਕਰਦੀ ਹੈ। ਹਾਂ ਹਾਂ ਯਾਰ ਯਾਰ, ਪੰਮੀ ਨਾਲ ਵਿਆਹ ਕਰਾ ਕੇ ਮੈਂ ਬੜਾ ਦੁਖੀ ਹਾਂ। ਇੱਕ ਤੇ ਮਨ ਖਟਾ ਹੋਇਆ ਪਿਆ, ਉਹ ਤੋਂ ਬਾਅਦ ਖੱਟੇ ਰੰਗ ਦੀਆਂ ਪੱਖੀਆਂ ਦੇ ਦਿੱਤੀਆਂ ਉਹਨੂੰ। ਵੇਖ ਉਹ ਫੁੱਫੜ ਨੂੰ ਵੇਖੋ ਤੇ ਪੱਖਾ ਲੱਗ ਦਿੱਤਾ ਫਰਾਟੇ ਵਾਲਾ। ਇਹ ਤਾਂ ਮੈਨੂੰ ਇੰਨਾ ਗੁੱਸਾ ਜਿਕਰ ਦਾ, ਪੱਖੀ ਮਾਰ ਕੇ ਦੀ ਵੱਖੀ ਪਾੜ ਦਿਆਂ। ਮੈਨੂੰ ਸਮਝ ਨਹੀਂ ਆਉਂਦੀ ਇਸ ਘਰ ਦਾ ਜਵਾਈ, ਮੈਂ ਵਾਂ ਕਿ ਉਹ ਕਾਲੇ ਰੰਗ ਦਾ ਕੱਟਾ ਰਾਹੁਲ, ਸਾਨੂੰ ਕੋਈ ਰੋਟੀ ਨਹੀਂ ਪੁੱਛਣ ਆਏ, ਉਹਨੂੰ ਵੇਖ ਕਿੱਦਾਂ ਉਹ ਭਗਤ ਕਰਨ ਡੇ ਉਹਦੀ। ਵੈਸੇ ਨਾ ਉਦਾਂ ਤੇਰੀ ਹਾਲਤ ਵੇਖ ਕੇ ਮੈਨੂੰ ਉਹ ਸਿਆਣਿਆਂ ਦੀ ਕਈ ਕਹਾਵਤ ਸੱਚ ਲੱਗਣ ਦੀ ਹੈ। ਭੈਣ ਘਰੇ ਭਾਈ ਕੁੱਤਾ ਤੇ ਸਹੁਰੇ ਘਰੇ ਜਵਾਈ ਕੁੱਤਾ। ਇੱਥੇ ਕੁੱਤਾ ਨਹੀਂ, ਇੱਥੇ ਕੱਟਾ ਹੈ। ਅੱਛਾ ਇਹ ਦੱਸੋ ਕਿ ਪਾਲਕ ਦੀ ਭੁਰਜੀ ਖਾਓਗੇ ਕਿ ਸਾਗ ਦਾ ਪੱਠਾ? ਉਹ ਤੁਹਾਡੇ ਘਰ ਖਾਣ ਪੀਣ 'ਚ ਵੀ ਹਰਤ ਕ੍ਰਾਂਤੀ ਆਈ ਹੈ। ਓਏ ਨਹੀਂ ਓਏ, ਉਹ ਕੀ ਹੈ ਨਾ ਕਿ ਰਾਹੁਲ ਨੂੰ ਸਿਰਫ ਗ੍ਰੀਨ ਡਿਸ਼ ਹੀ ਪਸੰਦ ਹੈ, ਇਸ ਕਰਕੇ ਤੁਹਾਨੂੰ ਦੋਵਾਂ ਨੂੰ ਵੀ ਉਹੀ ਖਾਣੀ ਪੈਣੀ ਹੈ। ਜਿਹੜੇ ਹਿਸਾਬ ਨਾਲ ਹਰਾ ਖਾਂਦੇ, ਸਵੇਰੇ ਉੱਠ ਕੇ ਗੋਹਾ ਹੀ ਕਰਦੇ ਹੋਣੇ। ਦੀਦੀ ਜੀਜਾ ਕਹਿੰਦਾ ਗੋਹਾ ਕਰਦੇ ਆ। ਕੀ ਤੂੰ ਫੇਰ ਕਿਆ ਕੁਝ? ਮੈਂ ਤੇ ਮਨ 'ਚ ਬੋਲਿਆ ਸੀ ਮਨ 'ਚ। ਏਦਾਂ ਕਰੋ ਫਿਰ ਤੁਸੀਂ ਨਾ ਹਰੇ ਰੰਗ ਦਾ ਪਨੀਰ ਬਣਾ ਕੇ ਲੈ ਆਓ। ਹਰਾ ਪਨੀਰ? ਚੱਲ ਪਾਗਲ ਜਿਹਾ, ਚੱਲ ਵੇ। ਏ ਪਾਗਲ, ਸਾਨੂੰ ਕਹਿੰਦੇ ਨੇ ਟੱਬਰ ਆਫਸਰਾ ਪਾਗਲ ਹੋਇਆ ਫਿਰਦਾ। ਉੱਤੋਂ ਮੇਰੇ ਸਾਲੇ ਨੇ ਵੀ ਖੱਟੇ ਰੰਗ ਦੀ ਟੀ ਸ਼ਰਟ ਪਾਈ, ਮਨ ਹੀ ਖਟਾ ਹੋ ਗਿਆ ਵੇਖ ਕੇ। ਜਸ ਵੇਖ ਲੈ ਜਵਾਈ ਦੀ ਕੋਈ ਕਦਰ ਨਹੀਂ, ਸਾਰਾ ਟੱਬਰ ਉੱਥੇ ਕਾਲੇ ਕੱਟੇ ਰਾਹੁਲ ਨੂੰ ਚੰਬੜਿਆ ਪਿਆ, ਤੇ ਛੋਟਾ ਹਾਥੀ ਸਮੋਸੇ ਫੜਾ ਕੇ ਸਾਡੇ ਲਾਗੇ ਬਿਠਾ ਤਾ। ਗਹਿਣਾ ਜਿਹਾ ਇਹਨੇ ਸਮੋਸੇ ਚੰਬੜਾ ਕੀਤਾ, ਸਾਲੇ ਦੇ ਤਿੰਨ ਚਾਰ ਢੇਡਾਂ ਮੈਨੂੰ ਲੱਗਦਾ। ਹੇ ਦਾਨਾ, ਇੱਥੇ ਜੋ ਬੈਠੇ ਹੋ ਤੁਸੀਂ ਵੀ ਉੱਧਰ ਜਾ ਕੇ ਵਿਰਾਜਮਾਨ ਹੋ। ਨਾ, ਉੱਥੇ ਉਹਨਾਂ ਨੂੰ ਸਮੋਸੇ ਦੇਣੇ ਪੈਣੇ ਹੀ। ਤੈਨੂੰ ਸਾਡੇ ਤੋਂ ਡਰ ਨਹੀਂ ਲੱਗਦਾ? ਤੈਨੂੰ ਸਮੋਸੇ ਖੋਲਾਂਗੇ, ਘਸੋਣ ਵੀ ਪੈਣਾ ਹੀ। ਮਜ਼ਾਕ ਕਰਨ ਦਿਆਂ, ਇੱਦਾਂ ਹੀ ਕਿਹਾ। ਯਾਰ ਇੱਕ ਗੱਲ ਦੱਸ ਮੈਨੂੰ, ਵਿਆਹ ਤੇਰਾ ਭੈਣ ਨਾ ਆਇਆ, ਦੇਖਭਾਲ ਤੇ ਉਹਨਾਂ ਅਗਲੇ ਨੇ ਭਰਾ ਨੂੰ ਲਾਇਆ, ਉਹ ਵੀ ਝੋਟੇ ਵਰਗੇ ਨੂੰ। ਮੈਂ ਤੇ ਸੋਚਦਾ ਕੁੜੀ ਆਪਣੇ ਕੱਟੇ ਨਾਲ ਹੀ ਵਿਆਹ ਦਿੰਦੇ।
ਬਾਪੂ ਜੀਜਾ ਕਹਿੰਦਾ ਮੈਂ ਸੋਚਦਾ ਕੁੜੀ ਆਪਣੀ ਕੱਟੇ ਨਾਲ ਵਿਆਹ ਦਿੰਦੇ। ਉਹ ਤੇਰਾ ਪਲਾ ਹੋ ਜਾ। ਚੁੱਪ ਰਿਹਾ ਡਾਕਟਰ। ਪਾਪਾ ਜੀ ਕੀ ਆ? ਹਾਂਜੀ ਪਾਪਾ ਜੀ। ਤੂੰ ਫੱਤੂ ਨੂੰ ਇਉਂ ਕਿਹਾ ਕਿ ਪੰਮੀ ਦਾ ਵਿਆਹ ਕੱਟੇ ਨਾ ਕਰ ਦੇ? ਮੈਂ ਤੂੰ ਫੱਤੂ ਨੂੰ ਇਉਂ ਕਿਹਾ ਕਿ ਪੰਮੀ ਦਾ ਵਿਆਹ ਕੱਟੇ ਨਾ ਕਰ ਦੇ? ਮੈਂ ਸੁੱਤਾ ਹੀ ਰਾਂ ਨਾਲ ਮੈਂ ਤਾਂ ਇੰਨੇ ਘਟਿਆ ਗਾ ਸੋਚ ਵੀ ਨਹੀਂ ਸਕਦਾ। ਇਹ ਤਾਂ ਕਹਿੰਦੇ ਜਵਾਕ ਜਿਹੜੇ ਮੋਟੂ ਜਿਹੜੇ ਆਪਣੇ ਜਵਾਈ ਕਟਵਾ ਦਿੱਤਾ। ਸਾਨੂੰ ਵੇਖ ਤਾਂ ਕਹਿੰਦਾ ਸਾਨੂੰ ਨੀਂਦ ਆਈ। ਸ਼ਰਮ ਨਹੀਂ ਆਉਂਦੀ ਜੀਜੇ ਨੂੰ ਤੰਗ ਕਰਦਾ? ਬਾਪੂ ਜੀਜੇ ਦੀ ਤਾਂ ਚਲੋ ਇੱਜ਼ਤ ਹੋਈ ਨਹੀਂ। ਆ ਕੇ ਰਾਹੁਲ ਤਾਂ ਬੈਠ ਕੇ ਲਾਏ ਵਿਚਾਰਾ। ਚੱਲ ਮਾਮੀ ਗਲਤੀ ਹੋ ਹੀ ਜਾਂਦੀ ਨਿਆਣੇ ਕੋਲੋਂ ਸਮਝੋ ਤੁਸੀਂ। ਆਪਣਾ ਮੱਛਰ ਬੜਾ ਹੀ ਜੇ ਆਲ ਆਊਟ ਮਿਲ ਜਾਂਦੀ ਤੇ ਸੌ ਜਾ ਉਹਨਾਂ ਨੇ ਆਊਟ ਕਰ ਦੇਣਾ ਹੀ। ਚੰਗੇ ਭਲੇ ਸੁੱਤੇ ਟੈਨਸ਼ਨ ਪਈ ਜਾਂਦੀ। ਮੈਂ ਤਾਂ ਫਸੀ ਗਿਆ ਤੁਰਨਾ ਕਿ ਮਾਮਾ ਇੱਥੇ ਸਾਰਾ ਟੱਬਰੀ ਸਾਲਾ ਪਾਗਲਾਂ ਦਾ। ਅਸੀਂ ਆਲ ਆਊਟ ਮੰਗੀ ਸਾਨੂੰ ਉਹ ਨਹੀਂ ਦਿੱਤੀ। ਉਹਨੂੰ ਪਿਓ ਨੂੰ ਭਾਵੇਂ ਮੱਛਰਦਾਨੀ ਲਾ ਦੇਣ। ਚਪੇੜਾ ਖਾ ਕੇ ਸੋਣਾ ਹੀ ਸੌ ਜਾ ਹੁਣ। ਓਏ ਚੱਦਰ ਛੱਡ। ਇੱਕ ਮਿੰਟ ਫੜਿਓ ਜਰਾ ਫੜੋ। ਸਤਿ ਸ਼੍ਰੀ ਅਕਾਲ ਪੀਜੀ, ਕੀ ਹਾਲ ਹੈ? ਹੋਰ ਪਿੰਕੀ ਦੀ ਸੁਣਾਓ। ਪਿੰਕੀ ਹਾਂ ਅੰਦਰ ਆ ਪੁੱਤ। ਅੱਛਾ ਆਈ ਹੋਈ ਹੈ? ਹਾਂ ਹਾਂ ਆਈ ਹੋਈ ਹੈ। ਰਾਹੁਲ ਦਾ ਧਿਆਨ ਰੱਖਿਓ, ਮੈਂ ਪਿੰਕੀ ਨੂੰ ਮਿਲ ਕੇ ਆਨੀ ਆ। ਰੱਖ ਲਾਂਗੇ। ਧਿਆਨ ਰੱਖਿਓ ਚੰਗੀ ਤਰ੍ਹਾਂ। ਰੱਖਾਂ ਤੇ ਡਿਆ ਹੋਰ ਕਿੱਦਾਂ ਰੱਖਾਂ? ਮੈਂ ਹੁਣ ਨਹੀਂ ਆਈ। ਠੀਕ ਹੈ 2 ਮਿੰਟ ਧਿਆਨ ਰੱਖਿਆ। ਚੱਲ ਸਾਈਡ ਤੇ ਕਰ ਲੈ। ਓ ਚੱਲ ਯਾਰ, ਓ ਧਿਆਨ ਨਾ ਖਿਆਲ ਰੱਖਣ ਨੂੰ ਕਹਿ ਗਈ ਆ। ਫੜੇ ਕੋ ਫੜੇ। ਓ ਚੱਲ ਯਾਰ ਮੇਰੀ ਗੱਲ ਸੁਣ, ਇਹਨੂੰ ਸਮਝਾ ਯਾਰ ਕਿਉਂ ਮੇਰੀ ਜ਼ਿੰਦਗੀ ਗਰਕ ਬਣਾਈ ਹੋਈ ਹੈ। ਯਾਰ ਉਹ ਜਾਨਵਰ ਹੈ, ਪਿਆਰ ਨਾਲ ਸਮਝਾਉਣਾ ਪੈਂਦਾ। ਤੂੰ ਕਿਉਂ ਮੇਰੇ ਯਾਰ ਦੀਆਂ ਜੜਾਂ 'ਚ ਬੈਠਾ? ਤੂੰ ਦੱਸ ਲੈਣਾ ਕੀ ਕੀ ਲੈਣਾ? ਕੀ ਲੈਣਾ? ਆਈਫੋਨ ਲੈ ਦਈਏ। ਆਈਫੋਨ ਲੈਣਾ? ਆਈਫੋਨ ਹੈ, ਹੈੱਡਫੋਨ ਵੀ ਲੈਣੇ ਕਹਿੰਦਾ। ਮੇਰੀ ਗੱਲ ਸੁਣ, ਫੇਸਬੁੱਕ 'ਤੇ ਆਈ ਡੀ ਬਣਾ ਦਈਏ ਤੇਰੀ, ਪੇਜ ਬਣਾ ਦਈਏ ਫੇਸਬੁੱਕ 'ਤੇ। ਨਹੀਂ ਇਹ ਨਹੀਂ ਮੰਨਦਾ ਯਾਰ, ਇਹਨੇ ਇੱਦਾਂ ਨਹੀਂ ਮੰਨਣਾ। ਮੇਰੀਆਂ ਅੱਖਾਂ 'ਚ ਵੇਖ, ਕੱਚ ਅੱਖਾਂ ਪਾ ਕੇ ਗੱਲ ਕਰ। ਫਿਰ ਗੁੱਸੇ 'ਚ ਆ ਜਾਣੇ, ਮੈਂ ਤੈਨੂੰ ਦੱਸਾਂ ਪਿਆਰ ਨਾਲ। ਦੇਖ ਯਾਰ ਤੂੰ ਕਾਲਾ ਗੋਰੀ, ਠੀਕ ਹੈ? ਓਏ ਅਵੇਲਾ ਗੱਲ ਸੁਣਦਾ ਕਿ ਨਹੀਂ? ਉਹ ਅਮਰੀਕਾ ਦਾ ਮੁੱਖ ਮੰਤਰੀ ਵੇਖ ਬਰਾਕ ਓਬਾਮਾ, ਉਹ ਤੋਂ ਕੋਈ ਮਤ ਲੈ। ਉਹ ਕਾਲਾ, ਉਹਨੇ ਆਪਣੇ ਵਾਸਤੇ ਕਾਲੀ ਲੱਭੀ। ਤੂੰ ਕਿਉਂ ਕਿਸੇ ਗੋਰੀ ਕੁੜੀ ਦੀ ਜ਼ਿੰਦਗੀ ਖਰਾਬ ਕਰਨ 'ਤੇ ਤੁਲਿਆ ਹੋਇਆ? ਕਿਉਂ ਆਪਣੇ ਖੁਰ ਧੋ ਕੇ ਕਿਸੇ ਸੁਹਾਗਣ ਦੇ ਮਗਰ ਪਿਆ ਹੋਇਆ? ਉਹ ਮੇਰੀ ਆ ਗੋਰੀ, ਤੂੰ ਕਾਲੀ ਕੱਟੀ ਲੱਭ ਲੈ ਕੋਈ ਕਾਲੀ। ਐਵੇਂ ਇਮੋਸ਼ਨਲ ਹੋਈ ਜਾਣਾ। ਓਏ ਤੇ ਦੰਦਾਂ ਦੇ ਮੋਰ ਰੱਖ। ਬਸ ਤੇਰੇ ਮੋਰ ਨਹੀਂ ਆ। ਓਏ ਓਏ ਤੂੰ ਆ ਨਾ ਜਿੰਨੇ ਪੰਮੀ ਵਿਆਹੀ ਆ, ਹੈਂ? ਤੂੰ ਕੌਣ? ਓਏ ਮੇਰਾ ਨਾਂ ਆ ਦਿਸ਼ਾ ਦਾਤਰ, ਤੇ ਨੇ ਮੇਰੇ ਚੇਲੇ ਸੁਰਜੀਤ ਤੇ ਪਾਤਰ। ਓ ਉਸਤਾਦ ਜੀ, ਇੱਧਰ ਸੁਰਜੀਤ ਹੈ, ਉੱਧਰ ਪਾਤਰ ਹੈ। ਸਾਲਿਓ ਤੁਹਾਨੂੰ ਕਿੰਨੇ ਵਾਰੀ ਕਿਹਾ ਆਪਣੀ ਸਹੀ ਜਗ੍ਹਾ ਤੇ ਖਲੋਇਆ ਕਰੋ, ਮੈਂ ਚੇਂਜ ਕਰਨਾ ਹੁੰਦਾ। ਚੱਲ ਫੜ ਲਓ। ਕਿੱਥੇ ਸੀ ਮੈਂ? ਹਾਂ, ਓਏ ਮੇਰਾ ਨਾਮ ਹੈ ਦਿਸ਼ਾ ਦਾਤਰ, ਤੇ ਮੇਰੇ ਚੇਲੇ ਨੇ ਸੁਰਜੀਤ ਤੇ ਪਾਤਰ, ਤੇ ਮੈਂ ਇੱਥੇ ਆਇਆ ਪੰਮੀ ਦੀ ਖਾਤਰ। ਯਾਰ ਹੁਣ ਇਹ ਕੀ ਬੁਲਾਇਆ, ਕੌਣ ਆ ਤੂੰ? ਓਏ ਬੱਲਾ ਬੱਲਾ ਉਹਦੀ ਛੇਲਾ ਤੂੰ ਮਜ਼ਾਕ ਓਏ, ਹੈ ਦਿਸ਼ਾ ਦਾਤਰ ਨਾ ਮਜ਼ਾਕ। ਓਏ ਪੰਮੀ ਨਾਲ ਵਿਆਹ ਤੇਰਾ ਹੁਣ ਹੋਇਆ, ਪਰ ਮੈਂ ਪੰਮੀ ਨੂੰ ਉਦੋਂ ਤੋਂ ਇਸ਼ਕ ਕਰਦਾ ਜਦੋਂ ਪੰਮੀ 9ਵੀਂ ਜਮਾਤ 'ਚ ਤੇ ਮੈਂ 10ਵੀਂ ਜਮਾਤ 'ਚ ਪੜ੍ਹਦਾ ਹੁੰਦਾ ਸੀ, ਤੇ ਪੰਮੀ ਮੇਰੇ ਅਗਲੇ ਬੈਂਚ 'ਤੇ ਬੈਠੀ ਹੁੰਦੀ ਸੀ, ਤੇ ਮੈਂ ਕਾਗਜ਼ ਦੇ ਜਹਾਜ਼ ਬਣਾ ਬਣਾ ਕੇ ਪੰਮੀ ਵੱਲ ਛੱਡਦਾ ਸੀ, ਛੂ ਛੂ, ਤੇ ਇੱਕ ਜਹਾਜ਼ ਅਜੇ ਵੀ ਮੇਰੇ ਕੋਲ ਹਰ ਵੇਲੇ ਮੇਰੀ ਜੇਬ 'ਚ ਹੁੰਦਾ ਹੈ, ਪੰਮੀ ਦੀ ਯਾਦ ਵਾਲਾ ਜਹਾਜ਼। ਜਾ ਮੇਰੀ ਪੰਮੀ ਡਾਰਲਿੰਗ, ਛੂ। ਵਾਹ ਕੀ ਬਾਤ ਹੈ,
ਤੂੰ ਗਜ਼ਲਾਂ ਸੁਣਨ ਡਿਆ? ਫੜਕ ਲੈ ਉਹਨੂੰ, ਤੇ ਹੁਣ ਤੈਨੂੰ ਉਹਨੂੰ ਭੁੱਲਣਾ ਪੈਣਾ। ਜੇ ਉਸੇ ਭੁੱਲ ਜਾਏ ਯੇ ਹੋ ਨਹੀਂ ਸਕਤਾ, ਵੋ ਇਸੇ ਭੁੱਲ ਜਾਏ ਇਹ ਤੇ ਉਹਨੂੰ ਪੁੱਛਣਾ ਪਊਗਾ। ਪੁੱਤਰ ਖੂਨ ਟਿਕੇਗਾ, ਆਪਣੀ ਧੌਣ ਵੱਢਣ ਡਿਆ। ਭਾਬੀ ਨੂੰ ਮੱਥਾ ਟੇਕਿਆ ਉਹਨੇ, ਸ਼ਦਾਈ ਇਕੱਠੇ ਹੋ ਕੇ ਆ ਗਏ ਕਿੱਥੋਂ, ਮੈਨੂੰ ਪਤਾ ਕੋਈ ਨਾ ਕੋਈ ਸਿਆਪਾ ਪਿਆਰ ਦਾ, ਕਿੱਥੇ ਰਾਹੁਲ? ਮੈਂ ਨੀ ਗਵਾਇਆ, ਇਹਨੇ ਗਵਾਇਆ, ਮੈਂ ਥੋੜੀ ਗਵਾਇਆ। ਤੂੰ ਰਾਹੁਲ ਜਿਹਦੇ ਕੋਲੋਂ ਇੱਕ ਛੋਟਾ ਜਿਹਾ ਮਾਸੂਮ ਜਿਹਾ ਬੱਚਾ ਨਹੀਂ ਸਾਂਭਿਆ ਜਾਂਦਾ, ਉਹ ਮੇਰੀ ਕੁੜੀ ਨੂੰ ਕੀ ਸਾਂਭੂਗਾ? ਬੁੱਢਿਆ ਸਾਂਭਣ ਦਾ ਮੌਕਾ ਤਾਂ ਦੇ ਬਾਬੂ। ਜੀਜਾ ਕਹਿੰਦਾ ਬੁੱਢਿਆ ਸਾਂਭਣ ਦਾ ਮੌਕਾ ਤਾਂ ਦੇ। ਬਕਵਾਸ ਕੀਤੀ ਨਾ ਤਾਂ ਸਵੇਰ ਦੀ ਚਾਹ ਵੀ ਬੰਦ ਕਰ ਦੂੰਗਾ। ਅੱਗੇ ਬੜੇ ਰਸ ਭਿਉਂ ਕੇ ਦਿੰਦੇ ਸਾਨੂੰ। ਕੱਲ ਸ਼ਾਮ ਤੱਕ ਜੇ ਤੁਸੀਂ ਮੇਰੇ ਰਾਹੁਲ ਨੂੰ ਲੱਭ ਕੇ ਨਾ ਲਿਆਏ ਤਾਂ ਆਪਣੀ ਭੈੜੀ ਪੂਥੀ ਵੀ ਮੈਨੂੰ ਨਾ ਵਿਖਾਇਓ। ਕੁੰਡ ਕੱਢ ਕੇ ਆ ਸਕਦੇ? ਦਬਾ ਹੋ ਜਾ ਜੋ ਸਾਲਾ, ਤੇਰਾ ਸਿਆਪਾ ਆ ਕੁੱਤੇ। ਬਾਬੂ ਜੀ ਮੈਂ ਰਾਹੁਲ ਬਗੈਰ ਨਹੀਂ ਰਹਿ ਸਕਦੀ। ਇੱਥੇ ਪੈਰਾਂ ਭਾਰਨਾ ਬੈ, ਉਹਨੂੰ ਰਾਹੁਲ ਨੂੰ ਲੱਭ, ਨਹੀਂ ਤਾਂ ਤੇਰੀ ਵੀ ਹਾਲਤ ਆ ਬਿੱਟੂ ਵਰਗੀ ਹੋ ਜਾਣੀ ਓ। ਉਹ ਆ ਵੇ ਇਹ। ਯਾਰ ਇੱਕ ਗੱਲ ਦੱਸ ਮੇਰਾ ਵੀਰ ਮੈਨੂੰ, ਬਈ ਤੇਰੇ ਸਹੁਰਿਆਂ ਦਾ ਟੱਬਰ ਸਦਾਈ ਆ ਸਾਰੇ? ਇੱਕ ਕੱਟੇ ਪਿੱਛੇ ਸਾਰਾ ਟੱਬਰ ਪਾਗਲ ਹੋਏ ਪਏ। ਆਪਣੀ ਕੁੜੀ ਦੀ ਜ਼ਿੰਦਗੀ ਖਰਾਬ ਕਰਨ 'ਤੇ ਤੁਲੇ ਹੋਏ ਆ, ਦੂਜਾ ਮੇਰਾ ਸਾਲਾ ਬਿਓਂਕਸ਼ ਬਖਸ਼ੀ ਤਹਿਕੀਕਾਤ ਕਰਨ ਲਈ ਸਾਡੇ ਮਗਰ ਲੱਗਾ। ਹਾਂ ਫਾਲਤੂ ਗੱਲਾਂ ਨਾ ਕਰ, ਸੋਚ ਵੀ ਰਾਹੁਲ ਨੂੰ ਕਿੱਦਾਂ ਲੱਭਣਾ, ਨਹੀਂ ਤਾਂ ਉਹਨੇ ਸਾਰੀ ਰਿਪੋਰਟ ਦੇਣੀ ਜਾ ਕੇ ਮੋਟੇ ਜੇ ਨੇ। ਤੂੰ ਜਸ ਜੇਮਸ ਬੌਂਡ ਬਣਿਆ ਫਿਰਦਾ, ਖੁਦ ਸੋਚਦਾ ਕਿਉਂ ਨਹੀਂ ਉਹਦੇ ਬਾਰੇ? ਮੈਂ ਸੋਚੀ ਜਾਵਾਂ, ਤੈਨੂੰ ਕੀ ਗੱਲ ਹੈ? ਮੇਰੇ ਦਿਮਾਗ 'ਚ ਤਾਂ ਬੜਾ ਕੁਛ ਆਉਂਦਾ, ਮਨ 'ਚ ਸੋਚਣ ਤੋਂ ਡਰਦਾ ਕਿਉਂਕਿ FBI ਨੂੰ ਪਤਾ ਲੱਗ ਜਾਂਦਾ ਵਾ। ਹੁਣ ਇਹ FBI ਕੌਣ ਹੈ? ਫੱਤੂ ਬਿਊਰੋ ਆਫ ਇੰਟੈਲੀਜੈਂਸ। ਸਾਲਾ ਮੋਟੂ ਜਿਹਾ, ਇਹ ਕਿੱਥੋਂ ਸਰਕਾਰ ਜੀ ਆ ਗਈ? ਯਾਰ ਮੈਨੂੰ ਪੱਕਾ ਲੱਗਦਾ ਕਿ ਰਾਹੁਲ ਨੂੰ ਨਾ ਦਾਤਰ ਨੇ ਕਿਡਨੈਪ ਕੀਤਾ। ਉਹ ਕਿਵੇਂ? ਉਹ ਕਿਵੇਂ? ਪੰਮੀ ਨੂੰ ਪਿਆਰ ਕਰਦਾ ਦਾਤਰ ਤੇ ਪੰਮੀ ਕਿਹਨੂੰ ਪਿਆਰ ਕਰਦੀ? ਰਾਹੁਲ ਨੂੰ। ਮਤਲਬ ਰਾਹੁਲ ਵੀ ਦਿਸ਼ੇ ਦਾਤਰ ਕੋਲ ਤੇ ਪੰਮੀ ਵੀ ਦਿਸ਼ੇ ਦਾਤਰ ਕੋਲ? ਯਾਰ ਤੂੰ ਉਹਨੂੰ ਰੋਕ ਲੈਂਦਾ, ਆਪਾਂ ਪੁੱਛ ਲੈਂਦੇ ਉਹਦੇ ਕੋਲੋਂ। ਰੋਕ ਲੈਂਦਾ? ਤੇਰੀ ਭੂਆ ਦਾ ਮੁੰਡਾ ਸੀ ਨਾ, ਰੋਕ ਕੇ ਪੁੱਛ ਲੈਂਦੇ, ਉਹਦੇ ਅੱਡੇ 'ਤੇ ਜਾਣਾ ਪੈਣਾ। ਪਰ ਬੱਸ ਅੱਡਾ ਤਾਂ ਕਿੰਨੀ ਦੂਰ ਹੈ ਇੱਥੋਂ? ਯਾਰ ਮੈਨੂੰ ਲੱਗਦਾ ਸਹੁਰੇ ਰਹਿ ਕੇ ਤੂੰ ਵੀ ਪਾਗਲ ਹੋ ਗਿਆ। ਬੱਸ ਅੱਡੇ ਨਹੀਂ ਯਾਰ, ਉਹਦਾ ਅੱਡਾ ਬਦਮਾਸ਼ਾਂ ਦਾ ਅੱਡਾ ਹੁੰਦਾ ਹੈ। ਬਦਮਾਸ਼ਾਂ ਦਾ ਅੱਡਾ? ਉੱਥੇ ਕੌਣ ਪਹੁੰਚਾਊਗਾ ਸਾਨੂੰ? ਉੱਥੇ ਕੌਣ ਪਹੁੰਚਾਊਗਾ ਇਹ ਸੋਚਣਾ ਪੈਣਾ। ਬੰਦਾ ਲੱਭ ਕੋਈ ਯਾਰ। ਮੋਟੂ ਫੱਤੂ ਬਿਊਰੋ ਆਫ ਇੰਟੈਲੀਜੈਂਸ। ਹੋਰ ਚਲੋ ਹੱਥ ਲਾਂਚ ਦਿੰਦੇ ਉਹਨੂੰ। ਉਹ ਬਿੱਟੂ ਇੱਕ ਚਟਾਈ ਹੋਰ ਵਿਛਾ ਲਈ, ਬੰਦਾ ਆਉਣ ਵਾਲਾ ਹੈ।
ਇਹਨੂੰ ਪੁੱਛਦੇ ਜਾ ਕੇ ਆਪਾਂ। ਮਹਾਰਾਜ ਉੱਚੀ ਦੀਵਾਰ ਵਾਸੀ ਫਤੂ ਯਾਰ ਸਾਨੂੰ ਦਾਤਰ ਦੇ ਅੱਡੇ ਤੱਕ ਪਹੁੰਚਾ ਦੇ। ਮੈਂ ਕੋ ਜਾਵਾਂ, ਮੈਂ ਦਸ ਟਰੱਕ ਕਿੰਨਾ ਮਜ਼ਾਕੀਆ ਹੈ। ਪਹੁੰਚਾ ਦੇ ਦੀਸ਼ੇ ਦਾਤਰ ਦੇ ਅੱਡੇ ਤੇ, ਸਮੱਸੇ ਦੇਵਾਂਗੇ। ਵੇਲਾ ਯਾਰ ਗੱਲ ਸੁਣ। ਹੈਲੋ ਗੱਲ ਸੁਣ ਮਾਂਜਾ ਯਾਰ। ਮੰਨ ਤਾਂ ਗਿਆ, ਸਮੋਸੇ ਵਾਲੇ ਤੇ ਤੁਹਾਨੂੰ ਮੰਗਲ ਗ੍ਰਹਿ ਤੇ ਪਹੁੰਚਾ ਦੂੰ। ਆ ਜਾਓ ਬੰਗੀ ਗੱਲ। ਕਿੰਨੇ ਕੁ ਦੂਰ ਹੈ ਯਾਰ? ਕਿੱਥੇ ਗਿਆ ਇੱਧਰ ਆ ਜਲਦੀ। ਆ ਜਾਓ ਆ ਜਾਓ ਆ ਜਾਓ। ਰਾਤ ਰਾ ਕੇ ਮਾਰਤਾ ਸਾਰਾ ਇਹ ਸਾਰਾ ਇਲਾਕਾ ਨਾ ਜਗਰੂਪ ਸਿੰਘ ਦਾ। ਉਹ ਦੀਸ਼ੇ ਦਾ ਅੱਡਾ ਕਿਹੜਾ? ਉੱਧਰ ਆ ਚੁੱਕੀਆਂ ਚ। ਚਲੋ ਫਿਰ ਚੱਲ ਫਿਰ। ਮੈਂ ਨੀ ਜਾਣਾ। ਕਿਉਂ? ਬਹੁਤ ਗੰਦਾ ਹੈਗਾ, ਉਹਦਾ ਮੂੰਹ ਚ ਬੋ ਆਉਂਦੀ ਆ। ਬੜਾ ਸਾਫ ਹੈ ਸਾਲਾ। ਜੀਜਾ ਦਾ ਕੀ ਕਹਿੰਦਾ? ਹੁਣ ਜੀਜਾ ਕੀ ਕਹਿੰਦਾ? ਕੁਛ ਨੀ, ਚੱਲ ਅਸੀਂ ਉਹ ਕਹਿੰਦੇ ਫਿਰ ਸਮੋਸੇ ਦੇ। ਸਮੋਸੇ ਤੇ ਲੈ ਕੇ ਨੀ ਆ ਮੈਂ। ਪੈਸੇ ਦੇ ਦੇ ਯਾਰ ਇਹਨੂੰ। ਆ 10 ਰੁਪਏ ਲੈ ਸਮੋਸੇ ਵਾਲੀ। ਹਾਂ ਜਾਓ। ਇੱਧਰ ਹੀ ਹੈ ਨਾ ਉਹਦਾ ਅੱਡਾ? ਆਹੋ ਆਹੋ, ਸਾਹਮਣੇ ਝੌਂਪੜੀ। ਖਤਰਨਾਕ ਇਲਾਕਾ ਇਹ ਤੇ ਯਾਰ। ਇੱਥੇ ਅੱਗੇ ਟੈਨਸ਼ਨ ਨਾ ਲੈ, ਮੈਂ ਨਾਲ ਆ ਤੇਰੇ। ਤੁਰ ਮੰਨ ਗਏ ਮਿੱਤਰਾ ਤੈਨੂੰ। ਉਹ ਕਿੱਥੇ ਗਿਆ? ਗੱਲ ਕਰਨੀ ਸੀ। ਉਹ ਹਜੇ ਨੀ ਓਏ, ਅਜੇ ਦਿਸ਼ਾ ਦਾਤਰ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਖੀਰਿਆ ਤੇ ਲੂਣ ਤੇ ਪਾਲ ਕੇ ਫਿੱਕੇ ਰੱਖੇ ਸੀ। ਉਹ ਤੂੰ ਬਾਂਦਰਾ ਜਿਹਾ, ਤੈਨੂੰ ਕਿਹਾ ਸੀ ਪੰਮੀ ਦੀ ਜ਼ਿੰਦਗੀ ਚੋਂ ਦਫਾ ਹੋ ਜਾ। ਬਾਂਦਰ ਮੈਂ ਨਹੀਂ, ਬਾਂਦਰ ਸਾਡੇ ਪੂਰਵਜ ਸੀ। ਜਿੱਦਾਂ ਤੇਰੀ ਸ਼ਕਲ ਹੈ ਨਾ, ਤੂੰ ਹਜੇ ਵੀ ਬਾਂਦਰ ਹੀ ਲੱਗਦਾ। ਓਏ ਪੁੱਛ ਲੋ ਸੁਰਜੀਤ ਤੇ ਪਾਤਰ ਨੂੰ ਤੇ ਨਾਲੇ ਮੇਰੇ ਦਾਤਰ ਨੂੰ ਕਿ ਅੱਜ ਵੀ ਪਿੰਡ ਦੇ ਵਿੱਚ 50-50 ਕੋ ਦੂਰ ਜਦੋਂ ਰਾਤ ਨੂੰ ਬੱਚਾ ਸੌਂਦਾ ਏ ਤੇ ਨਾਲੇ ਰੋਂਦਾ ਏ ਤੇ ਮਾਂ ਉਹਨੂੰ ਕਹਿੰਦੀ ਹੈ ਬੇਟਾ ਚੁੱਪ ਕਰ ਜਾ ਨਹੀਂ ਤੇ ਦੀਸ਼ਾ ਚੁੱਪ ਲੱਗੂਗਾ। ਉਹ ਦੀਸ਼ੇ ਦੇ ਅੱਡੇ ਤੇ ਆ ਕੇ ਦੀਸ਼ੇ ਦੀ ਬੇਇੱਜ਼ਤੀ ਫੜਾ ਮੇਰਾ ਦਾਤਰ। ਤੂੰ ਕੀ ਕਰਾਂਗਾ ਤਾਂ ਹੁਣ ਮੈਂ ਤੁਹਾਡਾ ਰਾਹੁਲ ਮੇਰੇ ਕੋਲ ਤਾਂ ਨੀ ਹੈਗਾ, ਪਰ ਹੁਣ ਉਹਨੂੰ ਲੱਭਾਂਗਾ ਮੈਂ ਹੀ ਤੇ ਰਾਹੁਲ ਦਾ ਰੱਸਾ ਜਗੀਰੇ ਹੱਥ ਫੜਾਵਾਂਗਾ ਤੇ ਪੰਮੀ ਦਾ ਹੱਥ ਫੜਾਂਗਾ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਲਿਆਵਾਂਗਾ। ਕਿੱਦਾਂ ਲਾਏਗਾ ਤੂੰ? ਜਿੰਨਾ ਕਿਹਾ ਉਹਨਾਂ ਸੁਣ ਤੇ ਚੁੱਪ ਚਾਪ ਕਰਕੇ ਇੱਥੋਂ ਦੀ ਖਸਕੰਤਰ ਹੋ ਜਾਓ। ਚਲੋ ਮੇਰੀ ਗੱਲ ਸੁਣ ਲੈ। ਚਲੋ ਚਲੋ ਉਹ ਚਲੋ, ਸਾਡੀ ਰਸਟ ਦਾ ਟਾਈਮ ਹੋ ਗਿਆ। ਚਲੋ ਸਾਲੇ ਬਕਵਾਸ ਕਰਦੇ ਨੇ। ਸੱਟ ਤਾਂ ਨਹੀਂ ਲੱਗੀ ਉਸਤਾਦ ਜੀ? ਕਿੰਨੇ ਵਾਰੀ ਕਿਹਾ ਹੋਇਆ ਸਾਲਿਓ ਸਹੀ ਜਗ੍ਹਾ ਲਾਇਆ ਕਰੋ। ਅੰਨੇ ਸਾਲੇ ਹੜ ਬੜਾ ਮੁੱਤਰ ਪਾਣੀ ਪਿਲਾਈ ਜਾਂਦੇ ਕੋਕਾ। ਕਿੰਨਾ ਪਿਆਰਾ ਲੱਗਦਾ ਹੈ ਆਪਣਾ ਰਾਹੁਲ। ਹਜੇ ਤੱਕ ਤੇ ਇਹਦਾ ਬਚਪਨਾ ਵੀ ਨਹੀਂ ਸੀ ਗਿਆ। ਪਤਾ ਨਹੀਂ ਕਿੱਥੇ ਹੋਊ ਆਪਣਾ ਪਿਆਰਾ ਪੁੱਤ ਰਾਹੁਲ। ਕਿੱਥੇ ਛਦਾਈਆਂ ਦੇ ਟੱਬਰ ਚ ਫਸਾ ਤੇ ਮੈਨੂੰ। ਮੈਂ ਰਿਸ਼ਤਾ ਕਰਾਇਆ ਤੇਰਾ, ਉਹਦੇ ਤੇ ਕਹਿੰਦਾ ਸੀ ਕੁੜੀ ਬੜੀ ਸੋਹਣੀ ਆ, ਪੌਨੀ ਵਾਲੀ ਹੈ। ਲੈਲਾ ਤਨੇ ਸੜੀ ਹੋ। ਮੈਨੂੰ ਕੀ ਪਤਾ ਸੀ ਮੇਰਾ ਬੇੜਾ ਗਰਕ ਹੋ ਜਾਣਾ ਇੱਥੇ। ਅੱਗੇ ਰਾਹੁਲ ਹੁੰਦਾ ਸੀ, ਕਮ ਸੇ ਕਮ ਸਾਡੀ ਵੀ ਥੋੜ੍ਹੀ ਬਹੁਤੀ ਬੂਤ ਸੀ, ਕੋਈ ਇੱਜ਼ਤ ਹੈਗੀ ਸੀ, ਮਾੜੀ ਮੋਟੀ ਪੁੱਛ ਗਿਆ ਸੀ। ਇੱਧਰ ਰਾਹੁਲ ਗਵਾਚਾ, ਉੱਧਰ ਇਹਨਾਂ ਨੇ ਸਾਨੂੰ ਮੰਜੀ ਤੋਂ ਥੱਲੇ ਚਟਾਈ 'ਤੇ ਪਾ ਦਿੱਤਾ। ਮੇਰਾ ਤਾਂ ਬੇੜਾ ਗਰਕ ਹੋ ਗਿਆ ਵਿਆਹ ਕਰਵਾ ਕੇ। ਉਹ ਵੈਨ ਨਾ ਪਾਈ ਜਾਣ, ਹਰ ਵੇਲੇ ਰੋਂਦਾ ਹੀ ਰਹਿੰਦਾ।
ਓ ਯਾਰ ਚੁੱਪ ਕਰਕੇ ਰੋ, ਮੈਨੂੰ ਸੌਣ ਦੇ। ਬੰਦਾ ਰੋ ਵੀ ਨਹੀਂ ਸਕਦਾ ਵਿਆਹ ਬਾਰੇ। ਮੱਛਰ ਹੀ ਮੱਛਰ ਸੀਗਾ, ਮਰ ਗਿਆ। ਜਲਦੀ ਜ਼ੋਰ ਨਾ ਵੱਜ ਗਿਆ। ਲੈ ਸ਼ੁਗਰ ਏ ਮੱਛਰ ਮੂੰਹ ਤੇ ਨਹੀਂ ਬੈਠਾ, ਰੌਲਾ ਨਾ ਪਾਉਣ, ਸੌਣ ਦੇ ਮੈਨੂੰ। ਲੁੱਕ ਵਿਆਹ ਨਾ ਕਰਾਇਓ। ਉਹ ਤੈਨੂੰ ਕਹਿ ਸੌ ਜਾ, ਮੇਰਾ ਤੇ ਬੇੜਾ ਗਰਕ ਹੋ ਗਿਆ। ਤੇ ਵਿਆਹ ਕਰਾ ਕੇ ਪੰਮੀ ਨਾ, ਪੰਮੀ ਤੇਰੀ ਪੌਣੀ ਚ ਲਿਖਾਂ ਪੈਣ। ਜਗੀਰਿਆ ਤੇਰੀ ਸਟੇਨ ਗਨ ਟੁੱਟ ਜੇ, ਸਾਲੀ ਜ਼ਿੰਦਗੀ ਵਿਰਾਨ ਹੋ ਗਈ। ਵਿਆਹ ਨਾ ਕਰਾਇਓ ਲੋਕਾਂ, ਵਿਆਹ ਕਰਾਇਓ। ਤੂੰ ਆ ਗੋਲਾ ਜਿਹਾ ਡੱਫਣ ਡਿਆ ਵਾ, ਤੈਨੂੰ ਪਤਾ ਮੈਂ ਕਿੰਨਾ ਪਰੇਸ਼ਾਨ ਹੈਗਾ। ਮੇਰਾ ਦਿਮਾਗ ਇਸ ਟਾਈਮ ਤੇ ਬਹੁਤ ਜ਼ਿਆਦਾ ਗਰਮ ਹੋਇਆ ਪਿਆ। ਦਿਮਾਗ ਗਰਮ ਹੈ? ਆ ਲੈ ਫੜ ਫਿਰ ਗੋਲਾ ਖਾ, ਇੰਨਾ ਠੰਡਾ ਹੋ ਜੂਗਾ। ਲੈ ਖਾ ਖਾ, ਫਿੜੇ ਮੂੰਹ ਖਾਣਾ ਵੀ ਨਹੀਂ ਆਉਂਦਾ ਤੈਨੂੰ, ਖਾ ਲਾ ਤੂੰ ਆਪ ਹੀ। ਇੱਥੇ ਬੈਠਿਆ ਸਮੋਸਿਆਂ ਦੀ ਸਕੀਮ ਲੱਗ ਸਕਦੀ ਆ। ਜੀਜਾ ਪੰਮੀ ਨਾ ਰਾਹੁਲ ਦੇ ਬਗੈਰ ਬਹੁਤ ਦਾਸ ਆ, ਤੇ ਤੂੰ ਵੀ ਬੜਾ ਚੰਗਾ ਬੰਦਾ, ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਜਿਹੜੀ ਗੱਲ ਤੋਂ ਤੇਰਾ ਜੀਜਾ ਦੁਖੀ ਆ ਉਹ ਦੱਸ ਦੇ ਵੀ ਰਾਹੁਲ ਕਿੱਥੇ ਆ। ਤੈਨੂੰ ਨਹੀਂ ਪੁੱਛਿਆ, ਚੁੱਪ। ਜੀਜੇ ਨੂੰ ਪੁੱਛਿਆ? ਨਹੀਂ ਨਹੀਂ, ਮੈਂ ਵੀ ਇਹ ਪੁੱਛਣਾ ਚਾਹੁੰਦਾ ਵੀ ਦੱਸ ਰਾਹੁਲ ਦੇ ਬਾਰੇ ਪਰੇਸ਼ਾਨ ਆ, ਲੱਭੇਗਾ ਕਿੱਦਾਂ, ਕਿੱਥੇ ਹੋਊਗਾ? ਪਹਿਲਾਂ ਇੱਕ ਸਵਾਲ ਦਾ ਜਵਾਬ ਦੇ। ਕੀ? ਏਦਾਂ ਦਾ ਕਿਹੜਾ ਗੇਟ ਆ ਜਿੱਥੋਂ ਕੋਈ ਨਹੀਂ ਲੰਘ ਸਕਦਾ? ਨਹੀਂ ਪਤਾ, ਨਹੀਂ ਕਾਲ ਗੇਟ। ਇਹ ਕੋਈ ਹੱਸਿਆ? ਉਹ ਹੱਸ ਯਾਰ, ਰਾਹੁਲ ਬਾਰੇ ਦੱਸਣਾ ਉਹਨੇ। ਦੱਸ ਰਾਹੁਲ ਬਾਰੇ ਦੱਸਣ ਲੱਗਾ ਸੀ ਤੂੰ। ਦੱਸ ਤਾਂ ਮੈਂ ਦਊਂਗਾ, ਸਮੋਸੇ ਦੋ ਲੱਗਣੇ ਹੀ। ਆ ਗਿਆ ਨਾ ਉਹ ਕਾਤ ਤੇ। ਮੇਰਾ ਤੇ ਦਿਲ ਕਰਦਾ ਤੈਨੂੰ ਆਪਣਾ ਪਦ ਖਵਾ ਦਿਆਂ, ਉਹ ਵੀ ਦੋ ਵਾਰੀ। ਹੈਲੋ, ਇੱਧਰ ਆ। ਜੀਜੇ ਨੇ ਇੰਨੀ ਘਟੀਆ ਗੱਲ ਸੋਚੀ ਹੈ ਨਾ, ਮੈਂ ਦੱਸ ਨਹੀਂ ਸਕਦਾ। ਕੀ ਸੋਚਿਆ ਤੂੰ ਏ? ਮੈਂ ਕੀ ਸੋਚਿਆ? ਮੈਂ ਤੇ ਇਹੀ ਸੋਚਿਆ ਵੀ ਸਮੋਸੇ ਦੇ ਦਿੰਦੇ। ਇੱਕ ਮਿੰਟ, ਕੀ ਕਹਿ ਰਿਹਾ ਜੀਜਾ? ਕਹਿੰਦਾ ਮੈਂ ਇਹੀ ਕਿਹਾ ਇਹਨੂੰ ਕਿ ਸਮੋਸੇ। ਇੱਕ ਮਿੰਟ, ਕੀ ਸੋਚਿਆ ਇਹਨੇ, ਦੱਸ ਮੈਨੂੰ। ਮੈਂ ਇਹੀ ਸੋਚਿਆ ਵੀ ਸਮੋਸੇ ਦੇ ਦਿੰਦੇ, ਰਾਹੁਲ ਬਾਰੇ ਦੱਸੂਗਾ ਇਹ। ਮੈਂ ਪੁੱਛ ਕੇ ਹਟਦਾ, ਮੈਂ ਤੁਹਾਨੂੰ ਦੱਸਾਂ। ਸਮੋਸੇ ਬਸ ਦੱਸ, ਸਮੋਸੇ ਮੰਗਾ ਪਹਿਲਾਂ। ਦੇ ਸਮੋਸੇ ਬਣਾ ਜਾ। ਪਤਾ ਨਹੀਂ ਕੀ ਕੁਝ ਸੋਚਦਾ ਰਹਿੰਦਾ ਮਨ ਚ। ਦੱਸ ਰਾਹੁਲ ਬਾਰੇ। ਚਟਨੀ ਪਾ, ਚਟਨੀ ਪਾ ਦੇ ਭਰਾ। ਦੱਸ ਰਾਹੁਲ ਕਿੱਥੇ? ਸਾਡੇ ਪਿੰਡ ਨਾ ਇੱਕ ਬੰਦਾ ਰਹਿੰਦਾ, ਸਮੋਸੇ। ਓ ਯਾਰ ਸਮੋਸੇ ਦੇ ਮੇਰਾ ਵੀਰ, ਪੜਾ ਯਾਰ ਤੁਹਾਡੇ ਪਿੰਡ ਆਲਾ ਸਮੋਸੇ ਮੇਰਾ ਵੀਰ। ਤੁਹਾਡੇ ਪਿੰਡ ਬੰਦਾ ਰਹਿੰਦਾ ਹੈ? ਹਾਂ, ਦੱਸ ਉਹਦੇ ਬਾਰੇ। ਹੈ? ਉਹ ਬੰਦੇ ਬਾਰੇ ਦੱਸ ਨਾ। ਸਾਡੇ ਪਿੰਡ ਨਾ ਇੱਕ ਬੰਦਾ ਡਿਸਕੋ ਕਿੰਗ। ਡਿਸਕੋ ਕਿੰਗ ਖਬਰੀ ਆ ਗਾਇਆ। ਖਬਰੀ? ਹਾਂ, ਉਹਨੂੰ ਸਾਰਾ ਬਾਰੇ ਪਤਾ ਹੁੰਦਾ। ਰਾਹੁਲ ਬਾਰੇ ਵੀ ਦੱਸ ਦੂਗਾ। ਰਾਹੁਲ ਬਾਰੇ ਵੀ ਦੱਸ ਦੂਗਾ। ਚੱਲ ਸਾਨੂੰ ਉਹਦੇ ਕੋਲ ਲੈ ਚੱਲ ਚੱਲ। ਇਦਾਂ ਨਹੀਂ ਦੱਸਦਾ, 500 ਰੁਪਏ ਦੇਣਾ ਪੈਂਦਾ। ਰੋਟੀ ਖਵਾ ਦੇ ਮੈਨੂੰ ਛੇਤੀ, ਭੁੱਖ ਲੱਗੀ ਆ ਪੁੱਤ। ਉਹ ਜਾ ਜਗੀਰੀਏ ਛੇਤੀ ਲਿਆ। ਆ ਪੁੱਤ, ਆ ਆ ਓ ਬਚਾ ਟੋਲੋ। ਮੈਂ ਰਾਹੁਲ ਨਹੀਂ ਆ। ਉਹ ਬੋਲਿਆ? ਮੈਂ ਨੀ ਮੰਨਦਾ। ਇਹ ਕੋਈ ਮਤਲਬ ਥੋੜੀ ਹੈ, ਤੁਸੀਂ ਕਿਸੇ ਵੀ ਮਾਸੂਮ ਪ੍ਰਾਣੀ ਨੂੰ ਠੰਡਾ ਚਾੜ ਕੇ ਕੁਛ ਵੀ ਬੁਲਾਓਗੇ ਤੇ ਮੈਂ ਮੰਨ ਜੂਗਾ।
ਨਾਲੇ ਤੁਹਾਡੀ ਹਿੰਮਤ ਕਿੱਦਾਂ ਹੋਈ ਮੇਰੀ ਭੂਆ ਤੇ ਫੁੱਫੜ ਦੇ ਮੁੰਡੇ ਨੂੰ ਏਦਾਂ ਕੁੱਟਣ ਦੀ? ਚਲੋ ਚਲੋ ਚਪੇੜਾ ਤੇਰੇ ਪੈਣੀਆਂ ਸੀ, ਅਗਲੇ ਕਹਿੰਦੇ ਹਮਾਰੇ ਘਰ ਨੂੰ ਜਾਈ ਭਾਈ ਨੂੰ ਕੁੱਟਣਾ ਪੈਣਾ। ਫਿਰ ਵੀ ਇਹ ਥੋੜੀ ਗੱਲ ਕੀ ਬੋਲਿਆ ਉਹਨੇ ਰਾਹੁਲ ਨੇ? ਉਹ ਬੋਲਦੀ ਹੈ ਉਹ ਕਿੱਦਾਂ ਬੋਲ ਸਕਦਾ? ਕੀ ਬੋਲਿਆ ਉਹਨੇ ਕਿ ਮੈਂ ਰਾਹੁਲ ਨਹੀਂ ਹਾਂ? ਨਹੀਂ ਉਹ ਬੋਲਿਆ ਇਹ ਤੂੰ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹ ਰਾਹੁਲ ਨਹੀਂ ਹੈਗਾ? ਉਹ ਰਾਹੁਲ ਨਹੀਂ ਹੈ ਕਿਉਂਕਿ ਉਹ ਬੋਲੇ ਸਾਡਾ ਰਾਹੁਲ ਗੁੰਗਾ। ਤੇਰਾ ਦਿਮਾਗ ਖਰਾਬ ਹੈ ਯਾਰ, ਇੱਕ ਤੇ ਮੈਂ ਪਹਿਲਾਂ ਪਰਿਵਾਰਕ ਦੁੱਖਾਂ 'ਚ ਵਾਂ, ਉੱਤੋਂ ਤੂੰ ਫੂਕਾਂ ਮਾਰ ਕੇ ਮੈਨੂੰ ਸਤਾਈ ਜਾਣਾ, ਸ਼ਰਮ ਨਹੀਂ ਆਉਂਦੀ ਤੈਨੂੰ? ਇੱਕ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਵੀ ਤੂੰ ਵਿਆਹਿਆ ਵਰਿਆ ਵੀ ਦੁਖੀ। ਇੱਕ ਤੇ ਮੈਂ ਵਿਆਹਿਆ ਵਰਿਆ ਇੱਕ ਵਾਰ, ਦੂਜਾ ਉਹ ਜਗੀਰਾ ਸਾਲਾ ਸਟੇਨ ਗੰਜੀ ਲੈ ਕੇ ਮੈਨੂੰ ਕਹੀ ਜਾਂਦਾ ਰਾਹੁਲ ਨੂੰ ਵਾਪਸ ਲਿਆਏਗਾ ਤੇ ਪੰਮੀ ਨਾਲ ਜਾਊਗੀ, ਮੈਂ ਵੋਟੀ ਤੋਂ ਬਿਨਾਂ ਕਿੱਦਾਂ ਪਿੰਡ ਚੱਲ ਜਾ? ਲੋਕੀ ਕੀ ਕਹਿਣਗੇ ਵੋਟੀ ਕਿੱਥੇ? ਗੱਲ ਤਾਂ ਯਾਰ ਤੇਰੀ ਠੀਕ ਆ, ਸੋਚਣਾ ਪੈਣਾ ਆਈਡੀਆ। ਆਪਾਂ ਨਾ ਭਾਬੀ ਨੂੰ ਨਾ ਕੋਠੇ ਤੇ ਲਿਆਉਂਦੇ ਆ। ਜੋ ਮਰਜ਼ੀ ਹੈ ਨਾ ਮੇਰੇ ਘਰ ਦੀ ਇੱਜ਼ਤ ਆ, ਕੋਠੇ ਤੇ ਕਿੱਦਾਂ ਪਹੁੰਚਾ ਦਾਂਗੇ ਉਹਨੂੰ? ਓਏ ਅਕਲ ਧਿਆਨ ਧਿਆਨ ਦਿਮਾਗ ਦਿਆ ਮੋਟਾ ਛੱਡ। ਮੇਰੇ ਕਹਿਣ ਦਾ ਮਤਲਬ ਹੈ ਭਾਬੀ ਨੂੰ ਮੈਂ ਲੈ ਕੇ ਆਉਣਾ, ਉਹਨੂੰ ਤੂੰ ਕੋਠੇ ਤੇ ਖੜ ਕੇ ਸਮਝਾ। ਤੇਰੇ ਮਤਲਬ ਛੱਤ ਤੇ? ਆਹੋ ਛੱਤੀ ਸਮਝਾ। ਉਹਨੂੰ ਇਹ ਕਹਿ ਵੀ ਹੁਣ ਗੱਲ ਹੈ ਕਰਮ, ਆਪਾਂ ਹੁਣ ਪਿੜ ਜਾਂਦੇ ਵਾਪਸ ਤੇ ਜਦੋਂ ਰਾਹੁਲ ਲੱਭ ਜੂਗਾ ਉਦੋਂ ਗੱਲ ਠੰਡੀ ਪੈਣੀ, ਫੇਰ ਵਾਪਸ ਮਿਲਣਾ ਜਾਂਗੇ। ਕੱਪੜੇ ਸਾਰਾ ਦੇ ਕੱਪੜੇ ਪਾ ਕੇ ਇੱਥੇ ਆ ਜੀ, ਆਪਾਂ ਇੱਥੋਂ ਭੱਜ ਜਾਣਾ, ਇੱਥੋਂ ਨਿਕਲ ਜਾਣਾ। ਯਾਰ ਇਹਨਾਂ ਦੀ ਨਾ ਫੁੱਲਾਂ ਵਾਲੀ ਚਾਦਰ ਬੜੀ ਹੋਣੀ ਬੈਗ 'ਚ ਪਾ ਲਾ, ਜਿਹੜੀ ਮੇਰੀ ਫੁੱਲਾਂ ਵਾਲੀ ਸੇਸ ਜਾਈ ਸੁਹਾਗਰਾਤ ਵਾਲੀ। ਰਹਿਣ ਦਿੰਦੇ ਆ ਫਿਰ, ਕੋਈ ਨੀ ਮੈਂ ਹੁਣੇ ਬੈਗ ਪੈਕ ਕਰਕੇ ਆਇਆ। ਮੈਂ ਛੱਤ ਤੇ ਚੱਲਿਆ, ਬੈਗ ਤਿਆਰ ਰੱਖੀ, ਬਸ ਨਾਲੇ ਨਿਕਲ ਜਾਣਾ ਭਾਬੀ ਲੈ। ਆ ਗਿਆ ਕੋਈ ਨੀ ਚੱਲ। ਪੰਮੀ ਮੇਰੀ ਜਾਨ, ਮੈਨੂੰ ਪੱਕਾ ਯਕੀਨ ਸੀ ਤੂੰ ਜ਼ਰੂਰ ਆਏਂਗੀ। ਅੱਛਾ ਮੇਰੀ ਗੱਲ ਸੁਣ, ਤੈਨੂੰ ਜੱਸ ਨੇ ਸਭ ਕੁਛ ਸਮਝਾਤਾ ਹੋਣਾ। ਉਹ ਰਾਹੁਲ ਕੱਟਾ ਕਾਲਾ ਜਿਹਾ, ਉਹਨੂੰ ਦਫ਼ਾ ਕਰ, ਤੂੰ ਮੇਰੇ ਨਾਲ ਚੱਲ। ਜਦੋਂ ਆਹ ਕਾਲੇ ਕੱਟੇ ਵਾਲੀ ਗੱਲ ਠੰਡੀ ਪੈ ਜੂਗੀ ਨਾ, ਤੈਨੂੰ ਫਿਰ ਮਿਲਾਉਣ ਲਈ ਲੈ ਆਵਾਂਗਾ। ਪਾਗਲੇ ਜੀ ਤੇਰੀ ਜ਼ਿੰਦਗੀ ਮੇਰੇ ਨਾਲ ਆ, ਇਸ ਕਰਕੇ ਆਪਣੇ ਕੱਪੜੇ ਨਾਲ ਲੈ ਆ। ਹਾਂ ਉਹ ਜੱਸ ਵੀ ਆਉਣ ਲੱਗਾ ਬੈਗ ਲੈ ਕੇ, ਆਪਾਂ ਬਾਹਰੋਂ ਬਾਹਰ ਨਿਕਲ ਜਾਣਾ, ਜਾ ਤੂੰ ਪਲੀਜ਼ ਵੇਲਾ, ਪਲੀਜ਼ ਬਣ ਜਾ ਮੇਰੇ ਬੱਬੂ। ਬਣ ਗਈ ਗੱਲ, ਬਣ ਗਈ। ਹੇ ਵਾਹਿਗੁਰੂ ਕੈਸਾ ਵੇਲਾ ਆ ਗਿਆ, ਆਪਣੀ ਵੋਟੀ ਨੂੰ ਆਪ ਹੀ ਭਜਾਉਣਾ ਪੈ ਰਿਹਾ। ਚਲੋ ਜੋ ਵੀ ਹੈ, ਸਕੀਮ ਤੇ ਲੱਗ ਗਈ, ਮਨ ਤੇ ਗਈ, ਮਨ ਗਈ। ਪਿਛਾਵਾ ਚਲਾਡੀ ਇੱਦਾਂ ਕਰਦਾ, ਮੈਂ ਵੀ ਜਾਂਦਾ ਥੱਲੇ, ਇੱਧਰੋਂ ਬਾਹਰੋਂ ਬਾਰੀ ਭੱਜਣਾ ਲੈ ਕੇ। ਮੰਮੀ ਤੂੰ ਆ ਗਈ, ਜਲਦੀ ਨਿਕਲ ਜਲਦੀ, ਬੈਗ ਕਿੱਥੇ? ਬੋਲਦੀ ਨਹੀਂ ਬਾਪੂ, ਇਹ ਕਹਿੰਦਾ ਰਾਹੁਲ ਨੂੰ ਭੁੱਲ ਜਾ ਤੇ ਇਹਦੇ ਨਾਲ ਭੱਜ ਚੱਲ। ਸਾਰਿਆਂ ਨੂੰ ਥੋੜੀ ਲੈਣਾ ਸੀ, ਇਕੱਲੀ ਨੂੰ ਕਿਹਾ ਸੀ ਉਹਨੂੰ। ਓਏ ਤੇਰੀ ਹਿੰਮਤ ਕਿੱਦਾਂ ਪਈ ਸਾਡੀ ਕੁੜੀ ਨੂੰ ਭਜਾਉਣ ਦੀ? ਓਏ ਬਾਪੂ ਮਾਤਾ, ਮਾਰਨਾ ਸਮੋਸਾ ਮੂੰਹ 'ਚ ਪਾ ਦੇ ਭਰਾ, ਭੁੱਖ ਲੱਗੀ ਹੈ। ਓਏ ਉਹ ਤੈਨੂੰ ਭੁੱਲ ਸਕਦੀ ਆ, ਰਾਹੁਲ ਨੂੰ ਨਹੀਂ। ਪਾਗਲਾ ਦਾ ਟੱਬਰ ਬਾਪੂ, ਜੀਜਾ ਕਹਿੰਦਾ ਪਾਗਲਾ ਦਾ ਟੱਬਰ। ਯਾਰ ਮੈਂ ਤੁਹਾਡੇ ਘਰ ਦਾ ਜਵਾਈ ਆ, ਕਿਉਂ ਮੇਰੇ ਕੱਟੇ ਖਾਣੇ ਕੀਤੀ ਹੋਈ ਹੈ? ਚਲੋ ਚਲੋ ਚਲੋ, ਜਦੋਂ ਤੱਕ ਤੁਸੀਂ ਮੇਰਾ ਰਾਹੁਲ ਲੱਭ ਕੇ ਨਹੀਂ ਲਿਆਉਂਦੇ, ਇਹ ਪੰਮੀ ਇੱਥੋਂ ਨਹੀਂ ਜਾਏਗੀ। ਐਸੀ ਵੀ ਕੀ ਗੱਲ ਉਸ ਕਾਲੇ ਕੱਟੇ ਰਾਹੁਲ? ਉਸਤਾਦ ਜੀ
हां भाभी दा घर ओए की कहता ही इदा मतलब यार दे दीदार करने पैणगे उतरो फिर जान राहुल नु कटा ना आके मुड़के ओ साडा पुत पुत ओ तैनू की पता ओ साडे ने किन्ना अनमोल है तो फिर दसो ना ओए ए बड़ी पुरानी कहानी है साडे कोल एक मज हुंदी सी राणो मैं अपनी ते राणो दी उम्र भर दी कमाई लेके घर पहुंचा राणो रब नू प्यारी हो चुकी सी ते पिछे छड़ गई अपनी आखरी निशानी ए ओहो आखरी निशानी साडा राहुल प्यारा राहुल की बकवास स्टोरी है यार ਬਾਪੂ ਜੀਜਾ ਕਹਿੰਦਾ ਕੀ ਬਕਵਾਸ ਸਟੋਰੀ ਆ ਕੰਨ ਖੋਲ ਕੇ ਸੁਣ ਲਓ ਸਾਰੀ ਪ੍ਰਾਪਰਟੀ ਰਾਹੁਲ ਦੀ ਏ ਮੈਂ ਰਾਹੁਲ ਦਾ ਫੱਤੂ ਰਾਹੁਲ ਦਾ ਪੰਮੀ ਰਾਹੁਲ ਦੀ ਜੇ ਤੂੰ ਪੰਮੀ ਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਜਾ ਪਹਿਲਾਂ ਰਾਹੁਲ ਨੂੰ ਲੱਭ ਕੇ ਲਿਆ ਮੈਂ ਸਮਝ ਗਿਆ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਐਸ ਹੱਥ ਰਾਹੁਲ ਦਿਓ ਤੇ ਐਸ ਹੱਥ ਪੰਮੀ ਲੈ ਜਾਓ ਕਿਉਂ ਬਾਪੂ ਦਾ ਫੈਸਲਾ ਕੋਈ ਐਕਸਚੇਂਜ ਆਫਰ ਨਹੀਂ ਯਾਰ ਇਹਨੂੰ ਸਮਝਾਓ ਕੋਈ ਇਹਨੂੰ ਤਾਂ ਮੈਂ ਹੀ ਲੱਭ ਕੇ ਲਿਆਉਂਗਾ ਬੈਠ ਹੋਏ ਪੰਮੀ ਮੇਰੀ ਹੈ ਵਿਆਹ ਕਰਵਾ ਕੇ ਤੇ ਮੇਰਾ ਮਨ ਹੀ ਚੱਕਿਆ ਗਿਆ ਮੈਂ ਨਹੀਂ ਵਿਆਹ ਕਰਾਉਣਾ ਵਿਆਹ ਇੱਕ ਵਾਰੀ ਹੁੰਦਾ ਹੈ ਹੇਅਰ ਕਟਿੰਗ ਥੋੜ੍ਹੀ ਰੋਜ਼ ਰੋਜ਼ ਕਰਾ ਲੇਗਾ ਯਾਰ ਪਰ ਮੈਂ ਮੁਕਲਾਵਾ ਲੈਣ ਲਈ ਆਇਆ ਸੀ ਸੋਚਿਆ ਹੀ ਚਾਹ ਕਰੂੰਗਾ ਇਹਨਾਂ ਸਾਲਿਆਂ ਨੇ ਉਦੋਂ ਦਾ ਪਿੱਠ ਸਿਆਪਾ ਪਾਇਆ ਅੰਦਰ ਤੇ ਕੱਟੇ ਗਵਾਚੇ ਦਾ ਅਫਸੋਸ ਰੱਖਿਆ ਉਹ ਤਾਂ ਪਿੰਡ ਦੇ ਚੰਗੇ ਭਲੇ ਸਿਆਣੇ ਬਜ਼ੁਰਗ ਯਾਰ ਆ ਕੇ ਕੱਟੇ ਗਵਾਚੇ ਦਾ ਅਫਸੋਸ ਕਰ ਰਹੇ ਯਾਰ ਮੈਂ ਤਾਂ ਤੈਨੂੰ ਦੱਸਾਂ ਮੈਨੂੰ ਤਾਂ ਲੱਗਦਾ ਜਿਹੜਾ ਮੋਟਾ ਜਿਹਾ ਨਹੀਂ ਤੇਰਾ ਸਾਲਾ ਇਹੋ ਹੀ ਕਿਤੇ ਭੁੱਖ ਲੱਗੀ 'ਚ ਕੱਟਾ ਖਾ ਗਿਆ ਈ ਵੋਟਾਂ ਪੈਂਦੀਆਂ ਜੀ ਤੁਸੀਂ ਪਾਉਣੀ ਆ ਬੂਟਾ ਨਾਲੇ ਵੋਟਾਂ ਜੇ ਪਿੰਡ 'ਚ ਪਈ ਉਹ ਘਰ ਪੈਣ ਲੱਗ ਪਈਆਂ ਰਾਹੁਲ ਗਵਾਚਿਆ ਬੇਟਾ ਓਹਦਾ ਅਫਸੋਸ ਰੱਖਿਆ ਰਾਹੁਲ ਗਵਾਚੇ ਦਾ ਹੈ ਇਹ ਮਰੇ ਦਾ ਅਫਸੋਸ ਤਾਂ ਸੁਣਿਆ ਸੀ ਗਵਾਚੀ ਦਾ ਪਈ ਹੈ ਉਹਨੇ ਲਿਆ ਇੰਨਾ ਪਿਆਰ ਉਹ ਇੰਨਾ ਪਿਆਰ ਕਰਦੇ ਸੀਗੇ ਉਹਦੇ ਪਿੱਛੇ ਜਵਾਈ ਦੀ ਲਾਹ ਪਾ ਕਰਕੇ ਰੱਖਤੀ ਉਹਨਾਂ ਨੇ ਕਿਹੜਾ ਜਵਾਈ ਆ ਖਲੋਤਾ ਸਾਹਮਣੇ ਤੂੰ ਜਵਾਈ ਹੈ ਉਹ ਸਾਡੇ ਜਮਾਨੇ ਜਵਾਈਆਂ ਦੀ ਇੰਨੀ ਇੱਜ਼ਤ ਹੁੰਦੀ ਨਹੀਂ ਸੀ ਬੜਾ ਜਿਗਰਾ ਤੇਰਾ ਓਏ ਜਿਗਰਾ ਨਹੀਂ ਉਹਦਾ ਨਾਂ ਜਗੀਰਾ ਹੈ ਕਿਹਦਾ ਓਹਦੇ ਪਿੱਛੇ ਸਾਰੀ ਪ੍ਰਾਪਰਟੀ ਵੇਚਣ ਨੂੰ ਫਿਰਦੇ ਆ ਤੇਰੇ ਨਾਲ ਰਿਸ਼ਤਾ ਹੋਜੂਗਾ ਹੋਰ ਹੀ ਚੱਕਰ ਪਾ ਕੇ ਬਹਿ ਗਿਆ ਮੇਰਾ ਆਪਣਾ ਟੁੱਟਣ ਤੇ ਪਿਆ ਤੈਨੂੰ ਆਪਣੀ ਅੱਗ ਲੱਗੀ ਰਿਸ਼ਤੇ ਦੀ ਉਹ ਅੱਗ ਲੱਗੀ ਆ ਸਾਲਾ ਰੱਖਿਆ ਕੋਈ ਸਾਲੀ ਵੀ ਰੱਖ ਲੈਂਦੇ ਸ਼ਰਮ ਕਰ ਹਰ ਵੇਲੇ ਸਮੋਸਾ ਹੀ ਖਾਂਦਾ ਰਹਿੰਦਾ ਆ ਸਤਿ ਸ਼੍ਰੀ ਅਕਾਲ ਜੀ 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 ਬਹੁਤ ਮਾੜੀ ਹੋਈ ਹੈ ਰਾਹੁਲ ਗਵਾਚ ਗਿਆ ਗਰਮੀ ਬੜੀ ਹੈ ਮੈਨੂੰ ਕੋਈ ਬੱਚਾ ਬੁੱਚਾ ਪਿਆ ਜਾਓ ਤੁਸੀਂ ਤੁਹਾਨੂੰ ਰਾਹੁਲ ਨਹੀਂ ਲੱਭਣ ਡਿਆ ਤੁਹਾਨੂੰ ਬੱਚਿਆਂ ਦੀ ਪਈ ਸਹੀ ਗੱਲ ਹੈ ਸਹੀ ਗੱਲ ਹੈ ਜੇ ਕੋਈ ਨਹੀਂ ਲੱਭਣ ਡਿਆ ਤੇ ਬੱਚੇ ਸੋਝੇ ਇਹਨਾਂ ਦਿਨਾਂ 'ਚ ਪੁੱਛਣਾ ਕੀ ਹਾਲ ਚਾਲ ਠੀਕ ਠਾਕ ਜੀ ਠੀਕ ਹੈ ਜੀ ਮੈਂ ਨਿਆਲਾ ਤੇ ਦਿਆਲਾ ਰਾਹੁਲ ਦੇ ਦੋਵੇਂ ਦੋਸਤ ਦੋਸਤ ਪੱਕੇ ਦੋਸਤ
ਤੁਸੀਂ ਰਾਹੁਲ ਦੇ ਸਾਡੇ ਰਾਹੁਲ ਦੇ ਦੋਸਤ ਪੱਕੇ? ਅੱਛਾ ਹਾਂਜੀ 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 ਤੁਸੀਂ ਕਿ ਦੋਵੇਂ? ਨਹੀਂ ਨਹੀਂ ਅਸੀਂ ਦੋਵੇਂ ਦੋਸਤ ਹਾਂ ਜੀ। ਬਾਪੂ ਜੀ ਅਸੀਂ ਦੋਵੇਂ ਦੋਸਤ ਹਾਂ ਜੀ। ਹਾਂਜੀ ਬਾਪੂ ਜੀ, ਰਾਹੁਲ ਤਾਂ ਮੇਰੇ ਨਾਲ ਬਹੁਤ ਗੱਲਾਂ ਮਾਰਦਾ ਸੀ। ਸਾਡੇ ਨਾਲ ਗੱਲਾਂ ਕਰਦਾ ਹੀ ਨਹੀਂ ਹੁੰਦਾ। ਮੇਰੇ ਨਾਲ WhatsApp ਤੇ ਗੱਲਾਂ ਮਾਰਦਾ ਸੀ। ਗੱਲਾਂ ਕਰਦਾ ਹੁੰਦਾ ਸੀ WhatsApp ਤੇ? ਹਾਂ WhatsApp ਤੇ, ਇਹਦੇ ਨਾਲ। ਅੱਛਾ ਮੇਰੇ ਨਾਲ ਫੋਨ ਤੇ? ਫੋਨ ਤੇ ਰਾਹੁਲ? ਹਾਂ ਮੈਨੂੰ WhatsApp ਜਿਹਾ ਨਹੀਂ ਚਲਾਉਣਾ ਆਉਂਦਾ। ਅੱਛਾ ਗੱਲ ਕਰਦਾ ਸੀ ਫੋਨ ਤੇ? ਪੂਰੀ ਗੱਲ? ਪੂਰੀ ਗੱਲ। ਅੱਛਾ ਸਾਡਾ ਬੜਾ ਪਿਆਰ ਹੀ ਕੇ? ਬਹੁਤ ਪਿਆਰ ਸੀ। ਅਜੇ ਢਾਬੇ ਦੀ ਰੋਟੀ ਵੀ ਇਕੱਠੇ ਖਾਣੇ ਕੇ? ਢਾਬਿਆਂ ਤੇ ਰਾਹੁਲ ਨਾਲ ਇਕੱਠੇ ਤੁਸੀਂ ਰੋਟੀ ਖਾਂਦੇ ਸੀ? ਰਾਹੁਲ ਮੋਟਰਸਾਈਕਲ ਤੇ ਬਹਿ ਕੇ ਵਿਆਹ ਵੇਖਣ ਗਿਆ? ਅਸੀਂ ਬੜਾ ਭੰਗੜਾ ਪਾਇਆ ਅੱਗੇ ਹੋ ਕੇ। ਰਾਹੁਲ ਨੇ ਭੰਗੜਾ ਪਾਇਆ? ਹਾਂਜੀ ਹਾਂਜੀ ਬਹੁਤ ਭੰਗੜਾ ਪਾਇਆ। ਮੇਰਾ ਬੜਾ ਪਿਆਰ ਹੋ ਜਾਣਾ। ਅੱਛਾ ਸਾਲ ਹੋ ਗਿਆ ਛੱਡੀ ਯਾਰੀ ਨੂੰ। ਹਾਂਜੀ ਅੱਛਾ ਤੇ ਅਸੀਂ ਥੋੜਾ ਕੰਮ ਆਏ ਸੀ ਇੱਕ ਦਰਾ ਚੱਲ ਰੋ ਸਾਨੂੰ ਥੋੜੀ ਦੱਸੋ ਲੋੜ ਜੀ ਪੈ ਗਈ ਸੀ। ਅੱਛਾ ਨਹੀਂ ਤੁਸੀਂ ਰਾਹੁਲ ਦੇ ਦੋਸਤ ਹੋ? ਹਾਂ ਹਾਂ ਤੁਸੀਂ ਕੰਮ ਦੱਸੋ। ਕੰਮ ਦਰਅਸਲ ਇਹ ਹੈ, ਦਰਅਸਲ ਹੁਣ ਕਹਿੰਦੇ ਚੰਗੇ ਵੀ ਨਹੀਂ ਲੱਗਦੇ, ਉਹ ਸਾਡਾ ਹਾਥੀ ਨਾ ਤੰਗ ਆਇਆ। ਅਸੀਂ ਨਾ 2,000 ਰੁਪਇਆ ਦਰਾ ਰਾਹੁਲ ਨੂੰ ਦਿੱਤਾ ਸੀ ਤੇ ਉਹ 2,000 ਰਾਹੁਲ ਨੂੰ? ਹਾਂ ਸਾਡੇ ਰਾਹੁਲ ਨੇ ਤੁਹਾਡੇ ਤੋਂ 2,000 ਰੁਪਇਆ ਉਧਾਰਾ ਲਿਆ। ਨਹੀਂ ਸਾਡੇ ਕੋਲੋਂ ਨਹੀਂ, ਮਤਲਬ ਮੇਰੇ ਕੋਲੋਂ। ਤੁਸੀਂ ਉਹਨੂੰ ਦੇ ਦਿੱਤਾ? ਹਾਂ ਮੈਂ ਦਿੱਤਾ ਉਹਦੇ ਹੱਥ 'ਚ। ਹਾਂ ਬਾਪੂ ਜੀ ਮੇਰੇ ਸਾਹਮਣੇ ਦਿੱਤੇ ਸੀ। ਆ ਆ ਪੁੱਛ ਲੈ ਭਾਵੇਂ ਲੱਗ ਗਏ ਮੇਰੇ ਉਦੋਂ ਪੰਮੀਏ। ਆਪਣਾ ਰਾਹੁਲ ਇਹਨਾਂ ਤੋਂ 2,000 ਰੁਪਇਆ ਲੈ ਕੇ ਖਾ ਗਿਆ। ਸਾਲ ਹੋ ਗਿਆ ਕਪੂਰਾ ਮੋੜਿਆ ਨੀ? ਨਾ ਲੱਭਾ ਹੀ ਨੀ, ਮੁੜ ਕੇ ਦਿਖੇ ਨੀ, ਸ਼ਕਲ ਹੀ ਨੀ ਵਿਖਾਈ। ਮੋੜ ਦਿਆਂਗੇ? ਹਾਂਜੀ ਫਿਰ ਦੇ ਦੋ ਨਾ ਲੋੜ ਆ ਹੁਣੇ ਹੁਣੇ। ਹਿਸਾਬ ਕਿਤਾਬ ਇੱਥੇ ਕਰੀਏ ਕਿ ਅੰਦਰ ਜਾ ਕੇ? ਨਹੀਂ ਨਹੀਂ ਰਕਮ ਦਾ ਕੰਮ ਆ, ਸਾਰਿਆਂ ਦੇ ਸਾਹਮਣੇ ਨੀ ਆਪਾਂ। ਨਹੀਂ ਤੁਸੀਂ ਅਜਾ ਕਰੋ, ਅੰਦਰ ਹੀ ਕਰ ਦੋ ਸਾਰਾ। ਆ ਅੰਦਰ 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 ਪਤੂ ਜਗੀਰੀਏ ਪੰਮੀਏ ਚਲੋ ਅੰਦਰ, ਇਹਨਾਂ ਦਾ ਕਰਜ਼ ਮੋੜ ਦਈਏ। ਇਹ ਸਾਰਿਆਂ ਨੇ ਜਾਣਾ ਜੀ? ਗਿਣ ਕੇ ਦੇਣਾ? ਚੱਲ ਇਕੱਠੇ ਕਰਕੇ ਦੇਣਗੇ। ਚਲੋ 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 ਬਜ਼ੁਰਗ ਬੁਆ ਕੋ ਬੰਦ ਕਰਤਾ? ਲੈਣ ਦੇਣ ਦਾ ਮਾਮਲਾ ਨਾ। ਬਜ਼ੁਰਗ ਆ ਕੀ ਨਜ਼ਰ ਵੱਟੂ ਲੋਕੀ ਕੋਠੇ ਬਾਹਰ ਲੱਗਦੀ, ਤੁਸੀਂ ਅੰਦਰ ਲਾਇਆ? ਤੁਹਾਡਾ ਦੋਸਤ ਹੈ ਨਾ? ਸਾਡਾ ਦੋਸਤ ਕੱਟਾ? ਸਾਡਾ ਰਾਹੁਲ ਇਹੀ ਹੈ? ਤੁਹਾਡਾ ਰਾਹੁਲ? ਰਾਹੁਲ ਇਹ ਆ ਜਿਹੜਾ ਤੁਹਾਡੇ ਤੋਂ 2,000 ਰੁਪਇਆ ਲੈ ਕੇ ਆਇਆ। ਪਿੜਦੀ ਹੋਈ ਆ ਉਹ ਚੜ ਦੋ ਯਾਰ ਇਹਨੇ ਪੋਸਟਰ ਜੇ ਲਾਏ ਦਾ ਹੋ ਗੁਆਚੇ ਦੇ, ਕੋਈ ਦੱਸਣ ਨਹੀਂ ਆਇਆ, ਲੱਗਦਾ ਆਪ ਹੀ ਜਾਣਾ ਪੈਣਾ ਲੱਭਣ 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 ਕੱਟੇ। ਯਾਰ ਬੰਦੇ ਨੂੰ ਜੱਚਣਾ ਚਾਹੀਦਾ, ਰਾਹੁਲ ਨੂੰ ਕੱਟਾ ਨਹੀਂ ਕਹਿਣਾ, ਹੋਰ ਕੀ ਕਹਿਣਾ, ਬੰਦੇ ਨੂੰ ਦੱਸਣਾ ਚਾਹੀਦਾ। ਸਾਲੇ ਮਜ਼ਾਕ ਕਰਦੇ, ਮਾਰ ਕੇ ਕੁਰਤਾ ਪਾੜ ਦੇਣਾ ਸੀ। ਮੇਰਾ ਰਾਹੁਲ ਲੱਭ ਗਿਆ, ਜੀਜਾ ਕਹਿੰਦਾ ਲਿਪਟ ਗਿਆ ਤੇ ਰੰਗ।
ਉਹ ਕੁਦਰਤ ਦੇ ਰੰਗ ਵੇਖੋ ਰਾਹੁਲ ਲੱਭ ਗਿਆ ਉਹ ਚੱਕ ਦੇ ਢਾਲੀਆ ਸੇ ਹੋ ਜੋ ਮੈਨੂੰ ਰਾਹੁਲ ਮਿਲ ਲੈਣ ਦਿਓ ਰੰਗ ਖੁਰਿਆ ਨਹੀਂ ਇਹ ਉੱਲੂ ਦੇ ਪੱਠੇ ਰੰਗ ਕਰਕੇ ਲਿਆਏ ਆ ਸ਼ਰਮ ਨਹੀਂ ਆਈ ਤੁਹਾਨੂੰ ਮੇਰੇ ਨਾਲ ਇਹ ਦੂਸਰੀ ਵਾਰ ਏਡਾ ਵੱਡਾ ਧੋਖਾ ਕਰਦਿਆਂ ਤੈਨੂੰ ਸ਼ਰਮ ਨਹੀਂ ਆਈ ਆ ਵੀ ਨਾਲ ਆ ਇਹਨੂੰ ਵੀ ਕੁੱਟ ਲਓ ਇਹਨੇ ਵੀ ਕੀਤਾ ਕੁਛ ਇਸ ਘਰ ਮੈਂ ਜਵਾਈ ਪਾਈ ਕੋ ਕੁੱਟਣਾ ਮਨਾ ਹੈ ਆਹ ਨਾਲ ਆਏ ਬੰਦੇ ਦਾ ਭਾਵੇਂ ਜਲੂਸ ਕੱਢ ਦੇ ਚਲੋ ਜਵਾਈ ਪਾਈ ਹੋਣ ਦਾ ਕੁਛ ਤੇ ਫਾਇਦਾ ਹੋਇਆ ਬਾਪੂ ਜੀਜਾ ਕਹਿੰਦਾ ਜਵਾਈ ਪਾਈ ਹੋਣ ਦਾ ਕੁਛ ਤੇ ਫਾਇਦਾ ਹੋਇਆ ਸਮਝ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਕੀ ਆਖਾਂ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਤੁਹਾਨੂੰ ਕਹਿ ਕੇ ਦੂਰ ਆਪ ਹੋ ਗਈ ਤੇਰੀਆਂ ਅਸੀਂ ਜੱਬਲੀਆਂ ਨੇ ਮਰਵਾਇਆ ਹਾਂਜੀ ਭਾਅ ਜੀ ਹਾਂਜੀ ਤੇਰੀ ਸਾਈ ਆ ਗਈ ਹੈ ਜੀ ਆ ਗਈ ਠੀਕ ਆ ਬਾਈ ਕੱਲ੍ਹ ਮਿਲਦੇ ਫਿਰ ਓਕੇ ਜੀ ਉਹ ਕਿੱਦਾਂ ਵੀ ਡੁੱਬਣੇ ਹੋ ਕੀ ਹਾਲ ਆ ਮਿਲਿਆ ਤੁਹਾਡਾ ਕੱਟਾ ਰਾਹੁਲ ਕਿ ਨਹੀਂ ਕਿੱਥੇ ਯਾਰ ਮੈਨੂੰ ਤਾਂ ਲੱਗਦਾ ਹੁਣ ਕਿਸੇ ਪੰਡਿਤ ਕੋਲ ਪੁੱਛਣਾ ਪੈਣਾ ਇਹਦਾ ਹਾਲ ਭਾਜੀ ਮੇਰੇ ਕੋਲ ਹੈਗਾ ਜੇ ਫਿਰ ਪਿੰਡ ਦੇ ਵਿੱਚ ਨਾ ਮੈਨੂੰ ਇੱਕ ਪੰਡਿਤ ਜਾਣਦਾ ਜੇ ਤੁਸੀਂ ਮੈਨੂੰ ਆਪਣੇ ਰਾਹੁਲ ਦੀ ਨਾ ਕੁੰਡਲੀ ਲੈ ਕੇ ਦੇ ਦਿਓ ਇੱਕ ਘੰਟਾ ਹੀ ਪਟਾਕ ਦੱਸ ਦੇਣਾ ਉਹਨਾਂ ਨੇ ਕੁੰਡਲੀ ਵੇਖ ਕੇ ਦੱਸ ਦੂਗਾ ਕਿੱਥੇ ਆ ਰਾਹੁਲ ਹਾਂਜੀ ਠੀਕ ਹੈ ਆਪਾਂ ਕੁੰਡਲੀ ਲੈ ਕੇ ਦੇ ਦਿੰਦੇ ਹਾਂ ਠੀਕ ਆਪਾਂ ਕੁੰਡਲੀ ਲਿਆ ਕੇ ਦੇ ਦਿੰਦੇ ਹਾਂ ਤੈਨੂੰ ਪਤਾ ਕੁੰਡਲੀ ਹੈਗੀ ਵੀ ਉਹਦੀ ਹਾਂ ਸੱਚ ਮੈਨੂੰ ਪੰਮੀ ਨੇ ਦੱਸਿਆ ਸੀ ਉਹਨਾਂ ਨੇ ਨਾ ਰਾਹੁਲ ਦੀ ਕੁੰਡਲੀ ਬਣਾਈ ਆ ਜਗੀਰਾਂ ਨੇ ਕਮਰੇ ਦੇ ਵਿੱਚ ਰੱਖੀ ਲਿਖਾ ਕੇ ਕੱਟੀ ਦੀ ਕੁੰਡਲੀ ਕਿੰਨਾ ਪਿਆਰ ਕਰਦੇ ਪੁੱਤਾਂ ਨਾਲ ਵੱਧ ਕੇ ਆਪਾਂ ਦੇ ਦਾਂਗੇ ਕੁੰਡਲੀ ਲਿਆ ਕੇ ਪਰ ਨਾਲ ਪਈ ਰੁਪਈਆ ਪੂਰਾ 500 ਲੱਗਣਾ ਜੇ 500 ਦੇ ਦਿਆਂਗੇ ਕੁੰਡਲੀ ਵੇਖ ਕੇ ਰਾਹੁਲ ਬਾਰੇ ਦੱਸ ਦੂਗਾ ਨਾ ਪੰਡਿਤ ਸਭ ਕੁਝ ਇੱਕ ਘੰਟੇ 'ਚ ਇੱਕ ਘੰਟੇ 'ਚ ਠੀਕ ਹੈ ਫਿਰ ਕੁੰਡਲੀ ਲਿਆ ਕੇ ਦੇਵਾਂ ਕੱਲ੍ਹ ਨਾਲੇ ਤੁਹਾਨੂੰ ਰੁਪਈਆ 500 ਵੀ ਦੇਵਾਂਗੇ ਠੀਕ ਹੈ ਜੀ ਹਾਂ ਚੰਗਾ ਜੀ ਚਲ ਆ ਚਲੀਏ ਚੱਲ ਠੀਕ ਆ ਸਕੀਮ ਲਾਉਣੀ ਪੈਣੀ ਕੋਈ ਹੁਣ ਸਕੀਮ ਨੂੰ ਛੱਡ 500 ਰੁਪਈਆ 'ਚ ਕੱਟਾ ਲੱਭ ਕੇ ਦਿੰਦੇ ਉਹਨੂੰ 1000 ਦਿੰਦੇ ਇਹਨੇ ਰਾਣੋ ਲੱਭ ਕੇ ਲਿਆ ਦੇਣੀ ਕੱਟੇ ਦੀ ਮਾਂ ਓ ਹਾਂ ਵੀ ਡਿਸਕੋ ਕਿੰਗ ਕੀ ਗੱਲਾਂ ਹੋਈਆਂ ਉਹਨਾਂ ਨਾਲ ਤੇਰੀਆਂ ਕੁਛ ਨਹੀਂ ਭਾਜੀ ਇਧਰੋਂ ਦੀ ਲੰਘਣ ਦੇ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੱਟਾ ਰਾਹੁਲ ਮਿਲ ਗਿਆ ਕਿ ਨਹੀਂ ਮਿਲ ਗਿਆ ਅੱਛਾ ਉਹ ਕਹਿੰਦੇ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਨੂੰ ਪਿੰਡ 'ਚ ਨਾ ਪੰਡਿਤ ਜਾਣਦਾ ਤੇ ਤੁਸੀਂ ਮੈਨੂੰ ਉਹਦੀ ਨਾ ਕੁੰਡਲੀ ਲੈ ਕੇ ਦੇ ਦਿਓ ਤੇ ਮੈਂ ਤੁਹਾਨੂੰ ਇੱਕ ਘੰਟੇ 'ਚ ਪਤਾ ਕਰਕੇ ਦੱਸ ਦਿੰਦਾ ਤੇ ਉਹਨਾਂ ਨੇ ਮੈਨੂੰ ਆਹ ਵੀ ਗੱਲ ਦੱਸੀ ਕਿ ਕੁੰਡਲੀ ਨਾ ਉਹਨਾਂ ਦੇ ਘਰੇ ਪਈ ਹੋਈ ਆ ਠੀਕ ਹੈ ਗੱਲ ਸੁਣ ਵੀ ਡਿਸਕੋ ਕਿੰਗ ਹਾਂਜੀ ਹਾਂਜੀ
ਉਹਨਾਂ ਨੇ ਕੁੰਡਲੀ ਲੈ ਕੇ ਦੇਣੀ ਹੈ ਤੈਨੂੰ ਕੱਲ ਤੇ ਅਸੀਂ ਤੈਨੂੰ ਕੁੰਡਲੀ ਅੱਜ ਰਾਤ ਹੀ ਲੈ ਦੇਣੀ ਹੈ ਸਮਝ ਗਿਆ ਠੀਕ ਹੈ ਭਾਜੀ ਫਿਰ ਉਹ ਆਪਣੇ ਪੰਡਤ ਨੂੰ ਪੁੱਛ ਕੇ ਦੱਸੀ ਕਿੱਥੇ ਆ ਰਾਹੁਲ ਕੱਟਾ ਪਰ ਭਾਜੀ ਉਹ ਮੈਨੂੰ ਰੁਪਈਆ 500 ਵੀ ਦੇ ਰਿਹਾ ਹੈ 500 ਰੁਪਈਆ ਆ ਫੜੋ ਜਰਾ ਗੱਲ ਸੁਣ ਜਵਾਨਾ ਜੇ ਤੈਨੂੰ ਰੁਪਈਆ 500 ਦੇ ਰਹੇ ਆ ਨਾ ਕਿ ਨਿਰਾਸ਼ ਤੈਨੂੰ ਅਸੀਂ ਵੀ ਨਹੀਂ ਕਰਾਂਗੇ ਅਸੀਂ ਵੀ ਤੈਨੂੰ ਬਹੁਤ ਸਾਰਾ ਹੌਸਲਾ ਦੇ ਕੇ ਜਾਵਾਂਗੇ ਟੈਨਸ਼ਨ ਨਾ ਲਈ ਸਮਝ ਗਏ ਫਿਲਹਾਲ ਤਾਂ ਮੇਰੀਆਂ ਐਨਕਾਂ ਦੇ ਉਸਤਾਦ ਜੀ ਉੱਚੀ ਆਵਾਜ਼ ਮੈਨੂੰ ਪਸੰਦ ਨਹੀਂ ਪਰ ਮੈਂ ਤਾਂ ਹੌਲੀ ਬੋਲਿਆ ਹੌਲੀ ਵੀ ਨਹੀਂ ਪਸੰਦ ਸਮਝ ਆ ਗਈ ਨਾਲੇ ਗੱਲ ਸੁਣੋ ਹਾਂਜੀ ਹਾਂਜੀ ਜੀ ਆ ਖਾਲੀ ਰੇੜੀ ਲੈ ਕੇ ਫਿਰਦਾ ਰਹਿੰਦਾ ਪਿੰਡ 'ਚ ਅੱਜ ਤਾਂ ਸੰਘਾੜਾ ਹੀ ਲਾ ਲਾ ਚਲੋ ਯਾਦ ਰੱਖੀ ਸਮਝ ਗਿਆ ਨਾ ਮੰਜੀ ਤੇ ਸੌ ਤੰਗ ਕਰੀ ਜਾਂਦਾ ਯਾਰ ਯਾਰ ਕੁੰਡਲੀ ਬਾਰੇ ਉੱਠ ਕੇ ਵੇਖ ਭਲਾ ਸਾਰੇ ਸੌ ਗਏ ਆ ਕੌਣ ਫਿਰ ਉੱਠ ਕੇ ਵੇਖ ਸਾਰੇ ਸੌ ਗਏ ਭਲਾ ਇਹ ਗੱਲ ਸੁਣਦਾ ਨੀਗਾ ਆਪਣਾ ਕਹਿੰਦਾ ਸੀ ਕੂਲਰ ਲਾ ਕੇ ਮੰਜਾ ਲੈ ਜਾਈਏ ਲਾਡੀ ਲੈ ਜਾਓ ਆਰਾਮ ਨਾਲ ਇੱਥੇ ਹੈ ਉਹ ਗੱਲ ਮੈਂ ਕਹੀ ਉਹਨੂੰ ਇਹ ਸੁੱਤਾ ਨਹੀਂ ਅਜੇ ਨਰ ਪਿਛਾਚ ਇਹ ਨਹੀਂ ਸੌਂਦਾ ਯਾਰ ਬੁੱਢਾ ਜਿਹਾ ਮੇਰਾ ਜੀ ਕਰਦਾ ਤਾਂ ਗਲ ਘੁੱਟਦਾ ਇਹਦਾ ਗੱਲ ਸੁਣੋ ਓਏ ਸਾਰੇ ਸੁੱਤੇ ਹੋਏ ਆ ਠੀਕ ਹੈ ਤੁਹਾਨੂੰ ਸਮਝ ਆ ਗਈ ਨਾ ਕਿਸੇ ਨੇ ਇੱਕ ਦੂਜੇ ਦਾ ਨਾਂ ਨਹੀਂ ਲੈਣਾ ਗੱਲ ਕਰਨੀ ਕੋਡ ਵਰਡ 'ਚ ਕੋਡ ਵਰਡ ਸਮਝਦਾ ਤੇਰੇ ਮੂੰਹ ਵਰਗਾ ਹੁੰਦਾ ਬਸ ਠੀਕ ਹੈ ਚੁੱਪ ਚਾਪ ਅਸੀਂ ਅੰਦਰ ਜਾਣਾ ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ ਜੇ ਇੱਕ ਦੂਜੇ ਦਾ ਨਾਂ ਲਿਆ ਤੁਹਾਨੂੰ ਪਤਾ ਹੀ ਹੈ ਨਾ ਫਿਰ ਮੇਰਾ ਇਹ ਦਾਤਰ ਸਿੱਧਾ ਇੱਥੇ ਹੀ ਚੱਲੇਗਾ ਚਲੇ ਹੈਲੋ ਯਾਰ ਮੈਂ ਸੋਚਦਾ ਪਿਆ ਰਾਤ ਬੜੀ ਹੋ ਗਈ ਹੈ ਕੁੰਡਲੀ ਆਪਾਂ ਕੱਲ੍ਹ ਨੂੰ ਨਾ ਲੱਭ ਲਈ ਮਾਮਾ ਕੁੰਡਲੀ ਲੱਭਣੀ ਥੋੜ੍ਹੀ ਚੋਰੀ ਕਰਨੀ ਆ ਚੋਰੀ ਕਰਨੀ ਅੱਛਾ ਮੇਰੀ ਗੱਲ ਸੁਣ ਆਪਾਂ ਹੁਣ ਜਾਂਦੇ ਹਾਂ ਠੀਕ ਹੈ ਕਿਸੇ ਦਾ ਨਾਂ ਨਹੀਂ ਲੈਣਾ ਇੱਕ ਦੂਜੇ ਦਾ ਕੋਡ ਵਰਡ 'ਚ ਗੱਲ ਕਰਨੀ ਕਿਹੜੀ ਕਰਨੀ ਹੈ ਚੱਲ ਠੀਕ ਪੇਸਟ ਪੇਸਟ ਪਹਿਲੋਂ ਘੜਦੀ ਹੈ ਅਤੇ ਬਰੱਸ਼ ਬਾਕੀ ਪੇਸਟ ਪਹਿਲੋਂ ਘੜਦੀ ਹੈ ਅਤੇ ਬਰੱਸ਼ ਬਾਕੀ ਬੰਦਾ ਪਿਸਤ ਝੋਠਾ ਦੀ ਅਤੇ ਚੱਸ ਬਾਕੀ ਆਪਾਂ ਉੱਠਣਾ ਪੂਰਾ ਟੱਬਰ ਉਠਾਉਣਾ ਚੋਰੀ ਕਰਨ ਚੱਲਿਆ ਸਲਾਹ ਰੈਸਲਿੰਗ ਕਰਨੀ ਚੁੱਪ ਕਰਕੇ ਆਵਾਜ਼ ਨਾ ਕਰੀ ਹੌਲੀ 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 ਯਾਰ ਮੈਂ ਕਿੰਨੇ ਕੁ ਗੁਲਾਮ ਗੁਲਾਮ ਲੱਗਦੀ ਪਈ ਭਾਬੀ ਸੀ ਮੈਂ ਪੱਖਾ ਚੱਲਦਾ ਨੇੜੇ ਬੜਾ ਬੱਤੀ ਨਾ ਜਗਾ ਦੀ ਯਾਰ ਓਏ ਹੈਲੋ ਉਹ ਮੈਂ ਕਿਹਾ ਕਿੱਥੇ ਹੈ ਮੈਂ ਤੇ ਬੈੱਡ 'ਤੇ ਚੜਿਆ ਵਾਂ ਓਏ ਅਲਮਾਰੀ ਫਰੋਲ
ਉੱਥੇ ਅੰਬ ਲੈਣ ਡਿਆ ਆ। ਮੇਰੀ ਤਮੰਨਾ ਹੈ ਕਿ ਕੁੰਡਲੀ ਮੈਨੂੰ ਮਿਲ ਜਾਵੇ, ਕੱਟਾ ਮੈਨੂੰ ਲੱਭ ਜਾਵੇ, ਪੰਮੀ ਖਿੜਖਿੜ ਖਿਲ ਜਾਵੇ। ਜਸ ਯਾਰ ਮੈਨੂੰ ਡਰ ਲੱਗਦਾ ਪਿਆ ਸੀ, ਮੇਰੇ ਲਾਗੇ ਆ ਜਾ। ਇੰਨਾ ਗੱਲਾਂ ਕਰਕੇ ਭਾਬੀ ਤੈਨੂੰ ਪਸੰਦ ਨਹੀਂ ਕਰਦੀ ਮਾਮਾ। ਓਏ ਬੰਦੇ ਤੂੰ ਰਾਕਸ਼ਸ ਬਣ ਗਿਆ, ਤੂੰ ਚਾਰ ਚਾਰ ਹੱਥ ਹੈ। ਉਹ ਕੋਟਵਾਲ 'ਚ ਗੱਲ ਕਰੀ ਸੀ, ਨੈਣੇ ਨੈਣਾ ਨਾ ਮਿਲਾ ਲੀ, ਭੇਦ ਖੁੱਲ ਜੂਗਾ ਸਾਰਾ। ਇੱਕ ਦੋ ਤਿੰਨ ਚਾਰ ਅਤੇ ਪੰਜ, ਸੁਰਜੀਤ ਪਾਤਰ ਤਾਂ ਆਏ ਸੀ ਮੇਰੇ ਨਾਲ, ਰੋਸ਼ਨ ਅਤੇ ਪ੍ਰਿੰਸ ਕਿੱਥੋਂ ਆ ਗਏ? ਸਪਨਾ ਪਹਿਲਾ ਤੂੰ ਨਾ ਦੱਸ, ਤੂੰ ਦੱਸ ਸੇ ਹੈ ਕੌਣ, ਤੂੰ ਕਰ ਕੀ ਆਇਆ ਇੱਥੇ ਸਾਡਾ ਲਾਡੀ ਬਣੂ ਕਰ, ਤੂੰ ਕੌਣ ਹੈ? ਮੈਂ ਤੇਰੇ ਮਾਰ ਚੱਲ ਗਿਆ, ਮਾਰ ਤੂੰ ਤੇਰੇ ਬਾਪੂ ਜੀ ਬੜਾ ਕਰ ਜੇ ਤੇਰਾ ਚੋਰ ਦਾ ਪੱਜ ਕੇ ਤੂੰ ਬੰਦੇ ਕੁੱਟੀ ਜਾਂਦਾ। ਬਾਪੂ ਜੀ ਠੀਕ ਹੋ ਤੁਸੀਂ? ਹੈ ਚੋਰਾ ਨੂੰ ਫੜ, ਬਾਪੂ ਜੀ ਨੂੰ ਫੜ ਲੈ, ਤੁਹਾਨੂੰ ਸੱਟ ਤੇ ਨਹੀਂ ਲੱਗੀ ਬਾਪੂ ਜੀ? ਠੀਕ ਆ ਠੀਕ ਆ, ਮਰ ਜਾਣਾ ਨਾ ਹੋਵੇ, ਉੱਠ ਜਾ ਚੱਲ ਜਾ ਇੱਥੋਂ, ਤੁਸੀਂ ਠੀਕ ਹੋ? ਚਲੋ ਚਲੋ ਚਲੋ। ਆ ਦੇਖ ਲੈ ਕਿੰਨੇ ਦਿਨ ਹੋ ਗਏ ਮੈਂ ਆਹੀ ਗੰਦੇ ਕੱਪੜੇ ਪਾਏ ਹੋਏ ਆ। ਗੰਦੇ ਕੱਪੜੇ ਮੈਂ ਤੈਨੂੰ ਕਹਿੰਦਾ ਪਾ, ਤੂੰ ਗੰਦਾ ਬੰਦਾ ਗੰਦੇ ਕੱਪੜੇ ਪਾਉਣੇ? ਹੈ ਚੰਗਾ ਬੰਦਾ ਹੋਵੇ ਤੈਨੂੰ ਪਤਾ ਲੱਗੇ। ਉਹ ਰੁਕ ਜਾ ਓਏ ਭਜੀਆ, ਨਾ ਇੱਧਰ ਵੇਖ, ਸਾਲਿਆ ਇੱਧਰ ਗੌਰ ਨਾਲ ਵੇਖਣ ਦਾ, ਤੇਰੇ ਪਿਓ ਦੀ ਫੋਟੋ 'ਚ ਨਹੀਂ ਆ, ਇਹ ਉਹ ਹੀ ਆ, ਬਦਲਾ ਲੈਣ ਦਾ ਮੌਕਾ ਆ ਗਿਆ ਈ। ਓਏ ਤਾਂ ਉਹੀ ਆ ਜਿਹਦੇ ਕਰਕੇ ਆਪਾਂ ਨੂੰ ਚਿੱਤਰ ਪਏ ਸੀ, ਤੇ ਹੁਣ ਇਹਦੇ ਕਰਕੇ ਪੈਸੇ ਵੀ ਆਉਣਗੇ। 2000 ਰੁਪਈਏ ਕਰਕੇ ਚਿੱਤਰ ਪਏ ਨੇ, ਹੁਣ 31,500 ਦੇ ਕੇ ਛੁੱਟਣਗੇ। ਉਹ ਕਿੱਦਾਂ? ਉਹ ਕਿੱਦਾਂ? ਤੂੰ ਏਦਾਂ ਕਰ, ਇੱਕ ਚਿੱਠੀ ਲਿਖ, ਤੇ ਚਿੱਠੀ 'ਚ ਲਿਖਣਾ ਹੀ ਤੁਹਾਡਾ ਜਿਹੜਾ ਰਾਹੁਲ ਆ ਅਸੀਂ ਕਿਡਨੈਪ ਕਰ ਲਿਆ, ਤੇ ਜੇ ਸਾਨੂੰ ਪੈਸੇ ਨਾ ਦਿੱਤੇ 31,000 ਅਸੀਂ ਉਹਨੂੰ ਕੜਾਚ ਕੜਾਚ ਕੜਾਚ। ਉਹਨੇ ਆਲਿਆ ਮੈਨੂੰ ਤਾਂ ਡਰ ਲੱਗਦਾ ਕਿਤੇ ਪਹਿਲਾਂ ਵਾਂਗੂ ਛਿੱਤਰ ਨਾ ਪੈ ਜਾਣ। ਓਏ ਜਾਲਿਆ ਤੇਰਾ ਮੂੰਹ ਛਿੱਤਰ ਹਰਗਾ, ਸਾਲਿਆ ਹਰ ਵਾਰੀ ਛਿੱਤਰਾਂ ਦੀ ਗੱਲ ਕਰਿਆ ਕਰ, ਤੂੰ ਡਰਦਾ ਕਿਉਂ ਆ? ਆਪਣੇ ਕੋਲ ਇਹਦਾ ਹੱਲ ਹੈਗਾ, ਉਹ ਬਦਮਾਸ਼ ਨਹੀਂ ਹੈ। ਕਿਹੜਾ? ਦੀਸ਼ਾ ਦਾਤਰ। ਆਹੋ ਸਾਲਿਆ ਉਹ ਕਦੋਂ ਕੰਮ ਆਉਣਾ? ਉਹਨੂੰ ਫੋਨ ਲਾਉਂਦੇ ਆ, ਲਾ ਫੋਨ ਲਾ। ਮੈਂ ਲਾਉਣਾ ਲਾਉਣਾ, ਮੇਰਾ ਫੋਨ ਕਿੱਧਰ ਵੱਜ ਗਿਆ? ਇਹ ਆ ਲਿਆ, ਦੱਸ ਨੰਬਰ, ਦੱਸ ਉਹਦਾ ਕੀ ਆ? ਓ ਨੰਬਰ ਲੈ ਸਾਲਾ, ਨੰਬਰ ਸੋਚਣ ਲੱਗ ਪਿਆ, ਆਪੇ ਲੱਭ ਲੈਣਾ ਮੈਂ। ਆਵੇ ਦੀਸ਼ਾ ਦਾਤਰ, ਆ ਬੈਲ ਗਈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਦੀਸ਼ਾ ਦਾਤਰ ਜੀ? ਹਾਂਜੀ, ਪੈਣੀ ਆਲਾ ਬੋਲਦਾ ਜੀ, ਹਾਂਜੀ ਆਲਾ ਪੈਰੀ ਪੈਣੀ ਆ ਜੀ, ਤੈਨੂੰ ਵੀ ਉਹਨੂੰ ਕਿਹਾ? ਹਾਂਜੀ ਹਾਂਜੀ, ਇੱਕ ਛੋਟਾ ਜਿਹਾ ਕੰਮ ਜੀ, ਇਹ ਕਿਸੇ ਤੋਂ ਨਾ ਆਪਾਂ ਸਮਾਨ ਲਿਆਉਣਾ, ਤੇ ਤੁਹਾਨੂੰ 5,000 ਰੁਪਇਆ ਦੇ ਦੇਣਾ, ਤੁਹਾਡਾ 5,000 ਰੁਪਇਆ ਵੱਟ ਗਈ। ਹਾਂਜੀ ਆ ਠੀਕ ਹੈ, ਹਾਂ ਚੱਲ ਠੀਕ ਹੈ, ਇੱਦਾਂ ਕਰਿਓ ਕੱਲ੍ਹ ਨੂੰ ਟਾਈਮ ਨਾਲ ਆ ਜਾਇਓ, ਠੀਕ ਹੈ ਜੀ? ਓਕੇ ਓਕੇ, ਲੈ ਬਣ ਗਈ ਗੱਲ, ਬਣ ਗਈ ਗੱਲ, ਬਣ ਗਈ, ਬਣ ਗਈ ਗੱਲ, ਚੱਲ ਚਲਾ ਇਹਨੂੰ। ਉਹ ਕੁੱਤੇ ਮਰ ਗਏ। ਕਿੱਥੇ ਕੁੱਤੇ ਮਰ ਗਏ? ਉਹ ਸਾਈਕਲ ਦੇ। ਸਾਈਕਲ ਦੇ ਮਰ ਗਏ? ਉਹ ਚੱਲ ਫਿਰ, ਤੇਰਾ ਉਹ ਸਿਆਪਾ ਹੁੰਦਾ ਹਰ ਵਾਰੀ, ਟੁੱਟਾ ਜਿਹਾ ਸਾਈਕਲ ਰੱਖਿਆ ਸਾਲਿਆ, ਜਿੱਦਾਂ ਦਾ ਆਪ ਉੱਦਾਂ ਦਾ ਸਾਈਕਲ ਰੱਖਿਆ ਜੀ। ਜਗੀਰ ਬਾਪੂ ਜੀ, ਓ ਕਮਬਖਤੋ, ਮੈਂ ਤੁਹਾਨੂੰ ਕਿਹਾ ਸੀ ਕਿ ਰਾਹੁਲ ਤੋਂ ਬਿਨਾਂ ਇਸ ਘਰ 'ਚ ਨਾ ਆਇਓ। ਅਸੀਂ ਤਾਂ ਨਹੀਂ ਆਉਣਾ, ਚਿੱਠੀ ਸੁੱਟ ਕੇ ਗਿਆ ਸੀ ਡਾਕੀਆ ਬਾਹਰ, ਉਹ ਦੇਣ ਆਏ ਆ। ਚਿੱਠੀ ਕਿਹਦੀਆਂ ਤਾਂ ਪੜ੍ਹ ਕੇ ਸੁਣਾ ਦਿੰਦੇ ਆ, ਪੜ੍ਹੋ ਇੱਕ ਮਿੰਟ। ਤੁਹਾਡਾ ਕਾਲਾ ਕਟਾ, ਓਏ ਤੇਰੀ ਮਤ ਕਿਦਾਈ, ਸਾਡੇ ਰਾਹੁਲ ਨੂੰ ਕਟਾ ਕਹਿੰਦੀ। ਉਹ ਲੈਣੀ ਕਿਹਾ, ਚਿੱਠੀ 'ਚ ਲਿਖਿਆ, ਰਾਹੁਲ ਕਹਿੰਦੇ ਤੂੰ
ਪੜੋ ਪੜੋ ਤੁਹਾਡਾ ਕਾਲਾ ਰਾਹੁਲ ਚਿੱਠੀ ਚ ਲਿਖਿਆ ਜੀ ਸਾਡੇ ਕਬਜ਼ੇ ਵਿੱਚ ਹੈ ਜੇ ਇਹਨੂੰ ਵਾਪਸ ਚਾਹੁੰਦੇ ਹੋ ਤਾਂ 31,000 ਰੁਪਇਆ ਲੈ ਕੇ ਮਿੱਤਰਾਂ ਦੀ ਮੋਟਰ ਤੇ ਪਹੁੰਚੋ ਮਿੱਤਰਾਂ ਦੀ ਮੋਟਰ ਉਹੀ ਜਿਹੜਾ ਗਾਣਾ ਮਿੱਤਰਾਂ ਦੀ ਮੋਟਰ ਤੇ ਨਿੱਤੇ ਕੱਚ ਨਹੀਂ ਹਾਂਜੀ ਹਾਂ ਜੇ ਕੋਈ ਚਲਾਕੀ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੇ ਆਪ ਨੂੰ ਮਾਰ ਕੇ ਸੁਸਾਈਡ ਨੋਟਿਸ ਲਿਖ ਕੇ ਤੁਹਾਡਾ ਨਾਂ ਪਾ ਕੇ ਉਹਨੂੰ ਫਸਾ ਦੇਣਾ ਤੁਹਾਡਾ ਮਾਨਯੋਗ ਠੱਗ ਨਿਆਲਾ ਤੇ ਦਿਆਲਾ ਇਹਨੇ ਨੇ ਕੀਤਾ ਨਿਆਲੇ ਤੇ ਦਿਆਲੇ ਨੇ ਵਿੱਚ ਲਿਖਿਆ ਉਹ ਮੇਰੇ ਰਾਹੁਲ ਪੁੱਤ ਦਾ ਕੀ ਬਣੂਗਾ ਹੁਣ ਮਸ਼ੀਨ ਚੋਂ ਗੰਨਾ ਕੱਢ ਦਈਏ ਤਾਂ ਰਸ ਬਾਕੀ ਠੱਗਾ ਤੋਂ ਰਾਹੁਲ ਨੂੰ ਬਚਾ ਲਈਏ ਤਾਂ ਚਸ ਬਾਕੀ ਹਾਂ ਠੀਕ ਹੈ ਜਾਓ ਜਾਓ ਜਾ ਕੇ ਰਾਹੁਲ ਨੂੰ ਲੈ ਕੇ ਆਓ ਦਾਨ ਨੀ ਦੇਣਾ ਉਹਨਾਂ ਨੇ 31,000 ਰੁਪਇਆ ਲਿਖਿਆ ਵਿੱਚ 31,000 ਰੁਪਇਆ ਦੋ ਰਾਹੁਲ ਮਿਲੇਗਾ ਨਹੀਂ ਤਾਂ ਰਾਹੁਲ ਨਹੀਂ ਨਹੀਂ ਮੈਂ ਹੁਣੇ ਲੈ ਕੇ ਆਉਣਾ ਹੁਣੇ ਲੈ ਕੇ ਆਉਣਾ ਮੇਰਾ ਭਾਬੀ ਨਾਲ ਕੋਈ ਗੱਲ ਕਰਦਾ ਇੱਕ ਮਿੰਟ ਤਸਵਰ ਕਰ ਯਾਰ ਮੈਂ ਗੱਲ ਕਰਦਾ ਕੋਈ ਫੱਤੂ ਫੱਤ ਕਰਦਾ ਉਹ ਚ ਕੀ ਫਰਕ ਪੈਂਦਾ ਤੁਸੀਂ ਖਾਓ ਬੁੱਗੂ ਓਏ ਭਾਬੀ ਤੇ ਪੈਂਦੀ ਆ ਮੈਨੂੰ ਪਤਾ ਬੜੇ ਦੁਖੀ ਹੈਗੇ ਤੁਸੀਂ ਸਾਰੇ ਦੁੱਖ ਦੀ ਘੜੀ ਕੱਢ ਲਾਂਗੇ ਮਿਲ ਕੇ ਅਸੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਹੈਗਾ ਆ ਗਿਆ ਬਾਪੂ 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 ਰੋਣਾ ਮੈਨੂੰ ਲੱਗਦਾ ਆ ਜਾ ਪੁੱਤਰ ਛੇਤੀ ਜਾਓ ਆ ਫੜੋ ਇਹ ਪੂਰਾ 31,000 ਰੁਪਇਆ ਹੈ ਇਹਦੇ ਪੂਰਾ ਨਾ ਮੈਨੂੰ ਸਮਝ ਨਹੀਂ ਆਉਂਦੀ ਇਹ ਉਹਨਾਂ ਨੇ ਫਰੌਤੀ ਮੰਗੀ ਹੈ ਕਿ ਸ਼ਗਨ ਮੰਗਿਆ ਹੈ ਆਪਣਾ ਵੇਖੋ ਜੀ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਠੱਗਾਂ ਨੂੰ ਸਾਨੂੰ ਥੋੜੀ ਪਤਾ ਚਲੋ ਜਲਦੀ ਜਾਓ ਨਾਲੇ ਫਜ਼ੂਲ ਗੱਲਾਂ ਨਾ ਕਰੋ ਨਹੀਂ ਤਾਂ ਸੱਚ ਮੁੱਚ ਸ਼ਗਨ ਲਾ ਦੇਣਾ ਉਹਦਾ ਨਹੀਂ ਨਹੀਂ ਤੂੰ ਜਲਦੀ ਜਾਓ ਜਾ ਇੱਕ ਮਿੰਟ ਇੱਕ ਮਿੰਟ ਤੁਹਾਡੇ ਕੋਲ ਪੈਸੇ ਆ ਨਾ ਆ ਮੇਰਾ ਪੁੱਤ ਨਾਲ ਲੈ ਕੇ ਜਾਓ ਜਾ ਪੁੱਤ ਜਾ ਜਾ ਇਹ ਸਮੋਸਾ ਰੱਖਿਆ ਕਰੋ ਹਰ ਜਗ੍ਹਾ ਨਾ ਭਈਆ 31,000 ਦਿੱਤਾ ਤੇ ਇਹਨੇ 32,000 ਦੇ ਸਮੋਸੇ ਖਾਏ ਨੇ ਉਹ ਤਾਂ ਆ ਗਏ ਪਰ ਦੀਸਾ ਦਾ ਤਾਂ ਨਹੀਂ ਆਇਆ ਗੋਲੀ ਮਾਰਦੀ ਸ਼ੇ ਦਾਤਰ ਨੂੰ ਜੇ ਉਹਨਾਂ ਦਾ ਮੂਡ ਬਦਲ ਗਿਆ ਤੇ ਉਹ ਚਲੇ ਗਏ ਤੇ ਫੇਰ ਇਹ ਨਾ ਹੋਵੇ ਆਪਾਂ ਠੱਗੀ ਮਾਰਨਾ ਤੇ ਆਪਾਂ ਰਗੜੇ ਜਾਈਏ ਹੈ ਗੱਲ ਤਾਂ ਪੱਕੀ ਆਪਾਂ ਜਾ ਕੇ ਗੱਲ ਵੀ ਕਰਨੀ ਹੈ ਲਿਆ ਫੜਾ ਤੂੰ ਪਿਆਲਾ ਪਾੜਾ ਓਏ ਕੌਣ ਹੈ ਤੂੰ ਉਹ ਮੈਂ ਦਿਆਲਾ ਪਛਾਣੀ ਨਹੀਂ ਜਾਂਦੇ ਆਪਾਂ ਤੇਰੇ ਟਿੱਲੇ ਤੋਇਆ ਸੂਰਤ ਦੀ ਦੀਆ ਹੀਰ ਦੀ ਗਾਣਾ ਗਾਉਣੇ ਆਏ ਇੱਥੇ ਆਵਾਜ਼ ਵੇਖ ਮੈਂ ਕਿਦਾਂ ਗੂੰਜਦੀ ਆ ਚੁੱਪ ਕਰ ਕੇ ਬੈ ਕਿਡਨੈਪਰ ਹਾਂਜੀ ਕੰਡਕਟਰ ਰਾਹੁਲ ਕਿੱਥੇ ਆ ਰਾਹੁਲ ਤੁਹਾਨੂੰ ਮਿਲ ਜੂਗਾ ਜੀ ਬਸ ਰਾਹੁਲ ਤੁਹਾਨੂੰ 50 ਮਿੰਟਾਂ 'ਚ ਮਿਲ ਜੂਗਾ ਪਹਿਲਾਂ ਪੈਸੇ ਵਾਲਾ ਬੈਗ ਦਿਓ ਏਦਾਂ ਕਿੱਦਾਂ ਮੰਨ ਲਈਏ ਹਾਂ ਯਾਰ ਤੁਹਾਨੂੰ ਯਕੀਨ ਨਹੀਂ ਹੈਗਾ ਤੁਹਾਨੂੰ ਮਾਸਾ ਯਕੀਨ ਨਹੀਂ ਮਾਸਾ ਵੀ ਨਹੀਂ ਯਾਰ ਪੂਰਾ ਵੀ ਨਹੀਂ ਐ ਜੀ ਸੌ ਲੱਗੀ ਹੁਣ ਤੇ ਯਕੀਨ ਕਰੋ ਦੇ 31,000 ਰੁਪਏ ਲਿਆਓ ਫੜਾਈ ਯਾਰ ਸੌ ਖਾਦੀ ਯਾਰ ਉਹਨੇ ਲਿਆਓ ਫੜਾਓ ਭਾਜੀ ਨਾ ਲਾਈਏ ਤੁਹਾਡੇ ਨਾ 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 ਤੁਸੀਂ ਇੱਥੇ ਰਹੋ ਰਾਹੁਲ ਆਜੂਗਾ ਰਾਹੁਲ ਆਜੂਗਾ ਜੀ ਆਜੂਗਾ ਆਜੂਗਾ ਅਸੀਂ ਬੈਠੇ ਹਾਂ ਇੱਥੇ ਬੈਠੇ ਰਹੋ ਆ ਜਾਓ 5 ਮਿੰਟ ਚ ਬਾਈ ਤੁਸੀਂ ਬੈਠੇ ਮੈਨੂੰ ਯਕੀਨ ਨਹੀਂ ਹੈਗਾ ਨਾ ਤੇ ਸੌ ਖਾਦੀ ਯਾਰ ਉਹਨਾਂ ਹੱਤ ਤੇਰੇ ਦੱਲੇ ਜੀ ਜਾ ਕੇ ਚੁੱਪ ਕਰ ਇਹਨੇ ਵੱਡੇ ਜਣੇ ਮੈਂ ਤੁਹਾਨੂੰ ਦੱਸਾਂ ਮੇਥੋਂ ਬਿਲਕੁਲ ਇਹ ਤਾਂ ਲੱਗਦਾ ਆ ਗਏ ਜਿਨ੍ਹਾਂ ਕੋਲ ਮਾਲ ਹੈਗਾ ਪਰ ਨਿਹਾਲਾ ਤੇ ਦਿਆਲਾ ਨਹੀਂ ਆਏ ਅਜੇ ਤੱਕ ਫੋਨ ਕਰਦਾ ਇਹਨੂੰ ਕੋਈ ਤੇ ਨੈਟਵਰਕ ਨਹੀਂ ਆ ਰਿਹਾ ਫੋਨ ਕਿੱਦਾਂ ਕਰਾਂਗੇ ਉਹ ਨੈਟਵਰਕ ਹੁੰਦਾ ਵੀ ਤੇ ਆਪਣੇ ਕੋਲ ਕਿਹੜਾ ਬੈਲੈਂਸ ਹੁੰਦਾ ਆਪਾਂ ਇੱਦਾਂ ਕਰਦੇ ਹਾਂ ਇਹਨਾਂ ਕੋਲ ਸਮਾਨ ਲੈ ਕੇ ਉਹਨਾਂ ਨੂੰ ਦੇ ਦਿੰਦੇ ਹਾਂ ਤੇ ਵਿੱਚੋਂ ਆਪਣਾ 5,000 ਲਵਾਂਗੇ ਠੀਕ ਹੈ ਨਾਲੇ ਬੈਲੈਂਸ ਵੀ ਪਾ ਲਾਂਗੇ ਚਲੋ ਮਾਸਕ ਲਾਓ ਫਟਾਫਟ ਚਲੋ ਚਲੋ ਚੱਲ ਛੇਤੀ ਚੱਲ ਆ ਬੈਠੇ ਆ ਤੈਨੂੰ ਸਾਜੀ ਓ ਤੁਸੀਂ ਤੁਸੀਂ ਕੱਪੜੇ ਬਦਲ ਕੇ ਤੇ ਇੱਕ ਬੰਦਾ ਵਧਾ ਕੇ ਆ ਗਏ ਹੋ ਜਿਹਨੂੰ ਲੈਣ ਗਏ ਸੀ ਉਹ ਕਿੱਥੇ ਆ ਤੁਸੀਂ ਸਾਨੂੰ ਬੈਗ ਦਿਓ ਬਾਕੀ ਗੱਲਾਂ ਉਹਨਾਂ ਨਾਲ ਕਰਿਓ ਬੈਗ ਦਿੱਤਾ ਤੇ ਆ ਵਿੱਚ 31,000 ਰੁਪਇਆ ਤੁਸੀਂ ਕਿਹਾ ਵੀ 5 ਮਿੰਟ 'ਚ ਰਾਹੁਲ ਨੂੰ ਲੈ ਕੇ ਆਉਂਦੇ ਆ ਰਾਹੁਲ ਕਿੱਥੇ ਆ ਰਾਹੁਲ ਕਿੱਥੇ ਰਾਹੁਲ ਮੈਨੂੰ ਪਤਾ ਹੁੰਦਾ ਇੱਥੇ ਰਾਹੁਲ ਦਾ ਚੱਕਰ ਆ ਮੈਂ ਇੱਥੇ ਹੋਣਾ ਹੀ ਨਹੀਂ ਮੈਂ ਤੈਨੂੰ ਕਹਿ ਰਿਹਾ ਸੀ ਸ਼ੇਦਾਤਰ ਦੀ ਕਰਤੂਤ ਇਹਨੇ ਰਾਹੁਲ ਨੂੰ ਕਿਡਨੈਪ ਕਰਾਇਆ ਤੁਹਾਡੀ ਸੌਣ ਲੱਗੇ ਮੇਰੇ ਕੋਲ ਰਾਹੁਲ ਇੰਨੀ ਕਸਮ ਨਾਲ
ਆਇਆ ਤੇਰੇ ਗੜੀ ਹੱਥ ਜੋੜੇ ਸੱਸੇ ਕਿੱਥੇ ਆ ਰਾਹੁਲ ਜੀਜਾ ਕਹਿੰਦਾ ਮੇਰਾ ਦਿਲ ਕਰਦਾ ਦੀਸ਼ਾ ਤੈਨੂੰ ਦੇੜ ਦਿਆਂ ਤੂੰ ਦੇੜੇਗਾ ਦੀਸ਼ਾ ਦਾਤਰ ਨੂੰ ਦੀਸ਼ਾ ਦਾਤਰ ਨੂੰ ਦੇੜੇਗਾ ਦੀਸ਼ਾ ਦਾਤਰ ਨੂੰ ਤਾਂ ਦੇਖਣ ਡਿਆ ਬੋਲਦਾ ਨਹੀਂ ਕੁਝ ਹੁਣੇ ਬੋਲਦਾ ਸਤਾ ਜੀ ਕਰਤਾਰ ਸਿੰਘ ਨੇ ਕਿ ਉਹ ਇੱਥੇ ਸਰੀਆ ਬਣਾਇਆ ਕਰੂਗਾ ਪਰ ਉਹਨੂੰ ਕੀ ਪਤਾ ਸੀ ਕਿ ਜਸ ਜੇਮਸ ਬੌਂਡ ਇੱਥੇ ਬੰਦਿਸ਼ ਦਾ ਹੀ ਬਣਾਇਆ ਕਰੂਗਾ ਤੁਹਾਡੇ ਵਰਗਾ ਨਲਾਇਕ ਬੰਦਾ ਮੈਂ ਅੱਜ ਤੱਕ ਨਹੀਂ ਵੇਖਿਆ ਪੈਸੇ ਵੀ ਗਵਾਏ ਤੇ ਰਾਹੁਲ ਨੂੰ ਵੀ ਨਹੀਂ ਲੈ ਕੇ ਆਏ ਕੱਖ ਨਹੀਂ ਹੋਣਾ ਤੁਹਾਡੇ ਤੋਂ ਹੁਣ ਸਭ ਕੁਝ ਮੈਨੂੰ ਕਰਨਾ ਪੈਣਾ ਬੁੱਢਿਆ ਇੰਨੇ ਜੁਗਾ ਹੁੰਦਾ ਤੇ ਹੁਣ ਤੱਕ ਕੁਛ ਨਾ ਕੁਛ ਕਰ ਨਾ ਲੈਂਦਾ ਬਾਪੂ ਜੀਜਾ ਕਹਿੰਦਾ ਬੁੱਢਿਆ ਇੰਨੇ ਜੁਗਾ ਹੁੰਦਾ ਤੇ ਹੁਣ ਤੱਕ ਕੁਛ ਨਾ ਕੁਛ ਕਰ ਨਾ ਲੈਂਦਾ ਹੁਣ ਮੈਂ ਕਰਕੇ ਖੋਣਾ ਤੁਹਾਨੂੰ ਚਲੋ ਮੇਰੇ ਨਾਲ ਥਾਣੇ ਮੈਂ ਰਿਪੋਰਟ ਦੇ ਕੇ ਆਉਣੀ ਹੈ ਰਾਹੁਲ ਦੀ ਥਾਣੇ ਜਾਣਾ ਮੇਰੀ ਗੱਲ ਸੁਣੋ ਤੁਸੀਂ ਹੈਗੇ ਜੇ ਸਿਆਣੇ ਬਿਆਣੇ ਚੁੱਕ ਮੈਂ ਕਹਿਣ ਦਿਆ ਵੀ ਤੁਸੀਂ ਹੈਗੇ ਸਿਆਣੇ ਬਿਆਣੇ ਤੁਸੀਂ ਜਾ ਕੇ ਰਿਪੋਰਟ ਲਿਖਾ ਕੇ ਲਿਆਓ ਅਸੀਂ ਕਿੱਥੇ ਤੁਰੇ ਫਿਰਾਂਗੇ ਅੱਛਾ ਗਵਾਉਣ ਲਈ ਤੁਸੀਂ ਤੇ ਠੇਡੇ ਖਾਣ ਲਈ ਮੈਂ ਆ ਬੰਦੇ ਦੇ ਪੁੱਤ ਬਣ ਕੇ ਤੁਰ ਪਾ ਮੇਰੇ ਨਾਲ ਥਾਣੇ ਵੱਲ ਜੇ ਗੱਲ ਹੈ ਨਾ ਤਾਂ ਡੋਡੇ ਚੋਂ ਫੀਮ ਕਰ ਦਈਏ ਤਾਂ ਖਸ ਖਸ ਬਾਕੀ ਥਾਣੇ ਵਾਲੂ ਬੰਦਾ ਤੋਰ ਦਈਏ ਤਾਂ ਜਸ ਬਾਕੀ ਚਲੋ ਉਹ ਗਾਂ ਤੁਰ ਵੱਡਾ ਜਸ ਚਲੋ ਫਿਰ ਨੇਰਾ ਬੜਾ ਹੋਣ ਡਿਆ ਥਾਣਾ ਬੰਦ ਨਾ ਹੋ ਜੇ ਕਿਤੇ ਉਹ ਥਾਣਾ ਕੋ ਕਰਿਆਨੇ ਦੀ ਦੁਕਾਨ ਨਹੀਂ ਹੈਗੀ ਓਏ ਜਦ ਤੱਕ ਮੈਂ ਥਾਣੇ 'ਚ ਬੈਠਾ ਨਾ ਥਾਣੇਦਾਰ ਮਨਜੀਤ ਸਿੰਘ ਤੈਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਕੋਈ ਨਹੀਂ ਥਾਣੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਆ ਬੰਦ ਕਰੋ ਓਏ ਓਏ ਆ ਜੁਗਨੂੰ ਬੰਦ ਕਰੋ ਅੱਛਾ ਅੱਛਾ ਬੈਟਰੀ ਹਾਂਜੀ ਬਜ਼ੁਰਗੋ ਦੱਸੋ ਕੀ ਗੱਲ ਹੈ ਥਾਣੇਦਾਰ ਸਾਹਿਬ ਮੇਰਾ ਪੁੱਤ ਰਾਹੁਲ ਗਵਾਚ ਗਿਆ ਗਵਾਚ ਗਿਆ ਹੈ ਕਿੰਨੀ ਦੇਰ ਹੋ ਗਈ ਹੈ 72 ਦਿਨ ਹੋ ਗਏ ਨੇ ਗਵਾਚੇ ਨੂੰ ਤੇ ਤੁਸੀਂ ਅੱਜ ਰਿਪੋਰਟ ਲਿਖਵਾਉਣ ਆਏ ਹੋ ਨਹੀਂ ਨਹੀਂ ਜੀ 72 ਦਿਨ ਨਹੀਂ 72 ਘੰਟੇ ਹੋਏ ਆ ਉਹ ਇੱਕ ਗੱਲ ਦੱਸ ਓਏ ਉਹ ਇੱਥੇ ਰੌਣਕ ਮੇਲਾ ਚੱਲਣ ਡਿਆ ਨਹੀਂ ਜਨਾਬ ਤੇ ਫਿਰ ਮਜ਼ਾਕ ਕਿਉਂ ਕਰਦਾ ਜੀ ਇਹਨਾਂ ਦਾ ਦਿਮਾਗ ਪਾਗਲ ਆ ਜੀ ਤੁਸੀਂ ਰਿਪੋਰਟ ਲਿਖੋ ਉਹ ਬੋਲੂ ਇੱਧਰ ਬੈਠ ਤੇ ਬਜ਼ੁਰਗਾਂ ਦੀ ਰਿਪੋਰਟ ਲਿਖ ਹਾਂਜੀ ਬਜ਼ੁਰਗੋ ਨਾਮ ਲਿਖਾਓ ਜੀ ਰਾਹੁਲ ਰੰਗ ਕਾਲਾ ਹੀ ਸੀ ਜੀ ਅੱਖਾਂ ਮੋਟੀਆਂ ਮੋਟੀਆਂ ਉਮਰ ਕਿੰਨੀ ਸੀ ਉਹਦੀ 8 ਮਹੀਨੇ ਜੀ ਓਏ 8 ਮਹੀਨੇ ਓਏ ਕਿੱਦਾਂ ਦੇ ਮਾਂ ਪਿਓ ਜੇ ਤੁਸੀਂ 8 ਮਹੀਨੇ ਦਾ ਜਵਾਕ ਤੁਹਾਡੇ ਤੋਂ ਸੰਭਾਲਿਆ ਨਹੀਂ ਗਿਆ ਮੈਂ ਨਹੀਂ ਗਵਾਇਆ ਇੰਨਾ ਗਵਾਇਆ ਜੀ ਇੰਨਾ ਮੈਂ ਅਸੀਂ ਨਹੀਂ ਗਵਾਇਆ ਦੀਸ਼ਾ ਦਾਤਰ ਕੋਲ ਗਵਾਚਾ ਹੈ ਉਹ ਦੀਸ਼ਾ ਦਾਤਰ ਕਿਹੜੀ ਬੁਲਾ ਓਏ ਉਹਨੂੰ ਪਹਿਲਾਂ ਪੇਸ਼ ਕਰੋ ਇੱਥੇ ਜਨਾਬ ਉਹ ਆਪਣੇ ਅੱਡੇ ਤੇ ਹੁੰਦਾ ਹੈ ਮੈਨੂੰ ਤਾਂ ਲੱਗਦਾ ਥਾਣੇਦਾਰ ਦਾ ਵੀ ਦਿਮਾਗ ਹਿੱਲਿਆ ਥਾਣੇਦਾਰ ਸਾਹਿਬ ਜੀਜਾ ਕਹਿੰਦਾ ਥਾਣੇਦਾਰ ਦਾ ਦਿਮਾਗ ਹੀ ਲਿਆ ਇਹਦੀਆਂ ਗੱਲਾਂ ਚਲਾਇਓ ਇਹਨੂੰ ਇਨਫੈਕਸ਼ਨ ਹੈ ਸਾਰਾ ਦਿਮਾਗ ਤੇ ਮੈਨੂੰ ਤੁਹਾਡਾ ਹੀ ਲਿਆ ਲੱਗਦਾ ਇਹ ਦੱਸੋ ਉਹਨੇ ਕੱਪੜੇ ਕਿਹੜੇ ਪਾਏ ਸੀ ਉਹ ਕੱਪੜੇ ਕੁਪੜੇ ਨਹੀਂ ਪਾਉਂਦਾ ਜੀ ਮੂੰਹ ਚ ਬਣੀ ਰਹਿੰਦਾ ਸੀ ਸਿੱਧਾ ਹੀ ਕੀ ਮਤਲਬ ਓਏ ਮਤਲਬ ਇਦਾਂ ਹੀ ਉਹ ਪਨੇਰੀ ਇਦਾਂ ਹੀ ਉਹ ਬਜ਼ੁਰਗਾ ਉਹ ਕਿੱਦਾਂ ਦੀ ਔਲਾਦ ਤੇਰੀ ਉਹ ਕਿੱਦਾਂ ਦੇ ਮਾਂ ਪਿਓ ਜੇ ਤੁਸੀਂ ਯਾਰ ਓਏ ਇੱਕ ਬੱਚਾ 8 ਮਹੀਨੇ ਦਾ ਜਵਾਕ ਗਵਾਚ ਗਿਆ ਤੁਹਾਡਾ ਉਹ ਨਹੀਂ ਸੰਭਾਲਿਆ ਗਿਆ ਤੇ ਦੂਜਾ ਝੱਗਾ ਵੀ ਨਹੀਂ ਪਾਇਆ ਉਹਨੂੰ ਕਦੀ ਬਸ ਜੀ ਇੱਦਾਂ ਹੀ ਰਹਿੰਦਾ ਸੀ ਉਹਦੀ ਮਾਂ ਦਾ ਨਾਂ ਲਿਖਾ ਜੀ ਰਾਣੂ ਬੜੀ ਪੁਰਾਣੀ ਕਹਾਣੀ ਕਿੰਨੀ ਕੁ ਪੁਰਾਣੀ ਗੱਲ ਹੈ 6 ਮਹੀਨੇ ਹੋਏ ਆ 6 ਮਹੀਨੇ ਪੁਰਾਣੀ ਕਹਾਣੀ ਬੜੀ ਨਾਲੇ ਉਹ ਕਹਾਣੀਆਂ ਸੁਣਨੀ ਬੈਠੇ ਥਾਣੇਦਾਰ ਅਗਲਾ ਰਿਪੋਰਟ ਲਿਖਾਓ ਕੀ ਆਪਾਂ ਚ ਕਿਚਕਿਚ ਕਰੀ ਜਾਂਦੇ ਓਏ ਮਾਂ ਦਾ ਨਾਂ ਦੱਸੋ ਜੀ ਰਾਣੂ ਤੇ ਪਿਓ ਦਾ ਪਿਓ ਨੂੰ ਜੀ ਕੋਈ ਝੋਟਾ ਕਹਿੰਦਾ ਹੈ ਕੋਈ ਸਾਂਢ ਕੋਈ ਸੰਡਾ ਕੀ ਮਤਲਬ ਓਏ ਓਏ ਬਜ਼ੁਰਗਾ
ਕਿਹੋ ਜੀ ਔਲਾਦ ਆ ਤੇਰੀ ਹੋਏ? ਓਏ ਅਸਲੀ ਨਾਂ ਲਿਖਾਓ। ਆ ਝੋਟਾ ਹੀ ਕਹਿੰਦੇ ਆ ਜੀ, ਲਿਖਦੇ ਹੋ ਲਿਖਦੇ ਝੋਟਾ ਹੀ ਲਿਖ, ਝੋਟਾ ਲਿਖੋ ਯਾਰ। ਕਿੱਦਾਂ ਦੀ ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਯਾਰ, ਇਹਨਾਂ ਕਰਨ ਕੀ ਆ ਗਏ ਇੱਥੇ ਯਾਰ। ਸਿੱਧੀ ਤਰ੍ਹਾਂ ਦੱਸੋ ਵੀ ਕੱਟੇ ਦੀ ਰਿਪੋਰਟ ਲਿਖਾਉਣ ਆਏ ਸੀ? ਓ ਮੇਰਾ ਭਰਾ ਸੀ। ਓ ਮੈਂ ਬੈਟਰੀ ਮਾਰ ਕੇ ਨਾਸਾਂ ਪਾੜ ਦੇਣੀਆਂ, ਮੈਂ ਨਹੀਂ ਵੇਖਣਾ ਥਾਣੇਦਾਰ ਬੈਠਾ। ਕੀ ਬਕਵਾਸ ਕਰੀ ਜਾਂਦੇ ਹੋ? ਓ ਤੁਸੀਂ ਕੱਟੇ ਦੀ ਰਿਪੋਰਟ ਲਿਖਾਉਣ ਆਏ ਜੇ? ਥਾਣੇਦਾਰ ਬੈਠਾ ਨਹੀਂ, ਥਾਣੇਦਾਰ ਸਾਹਿਬ ਉਹ ਮੇਰਾ ਪੁੱਤ ਸੀ। ਉਹ ਕੱਟਾ ਸੀ? ਉਹ ਮੇਰਾ ਪੁੱਤ ਸੀ ਯਾਰ, ਕੱਟਾ ਸੀਗਾ। ਉਹ ਮੇਰਾ ਪੁੱਤ ਸੀ, ਕੱਟਾ ਸੀ। ਉਹ ਕੱਟਾ ਸੀਗਾ ਯਾਰ, ਪੁੱਤ ਸੀ, ਕੱਟਾ ਸੀ। ਉਹ ਮੇਰਾ ਪੁੱਤ ਸੀ, ਕੱਟਾ ਸੀ, ਕੱਟਾ ਸੀ। ਇਹਨੂੰ ਕੀ ਆ? ਹੈਲੋ ਯਾਰ, ਦਿਮਾਗ ਖਰਾਬ ਕਰਤਾ ਇਹਨਾਂ ਲੋਕਾਂ ਨੇ ਮੇਰਾ। ਗੱਲ ਸੁਣ ਲੈ ਮੇਰੀ, ਜਦੋਂ ਤੱਕ ਇਹਨਾਂ ਕਮਰੇ ਦਾ ਟੱਬਰ ਥਾਣੇ ਬਾਹਰ ਨਹੀਂ ਨਿਕਲ ਜਾਂਦਾ, ਮੈਨੂੰ ਭਾਵੇਂ ਤਾਲਾ ਲਾ ਕੇ ਇੱਥੇ ਬੰਦ ਕਰ ਦੇ, ਮੈਂ ਉਦੋਂ ਤੱਕ ਬਾਹਰ ਨਹੀਂ ਨਿਕਲਣਾ। ਮੇਰਾ ਭਰਾ ਸੀ। ਓ ਯਾਰ, ਕਿੱਟਾ ਸੀ, ਮਾਰਦੀ ਮੈਂ ਭਰਾ ਸੀ ਯਾਰ। ਓਕੇ 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 ਆ, ਬਸ ਆਲ ਰਾਈਟ ਪੂਨਮ, ਮੈਂ ਚਲਦਾ ਹੂੰ, ਠੀਕ ਹੈ? ਬਿਲਕੁਲ ਐਸਾ ਹੀ ਕਰਨਾ। ਆ ਦੇਖੋ ਬਾਈ ਜੀ, ਆ ਬਾਹਰ ਜਾ ਦੀ ਕੱਟਾ ਬੰਨਿਆ ਨਾ, ਇਹ ਸਾਡੇ ਪਿੰਡ ਦੇ ਜਗੀਰੇ ਦਾ ਹੈ, ਇਹ ਤੁਸੀਂ ਮੈਨੂੰ ਦੇ ਦਿਓ। ਓਏ ਖਬਰਦਾਰ, ਸਾਡੇ ਉਸਤਾਦ ਦੀ ਜਾਨ ਵਸਦੀ ਆ ਉਹਦੇ ਵਿੱਚ। ਤੇ ਫਿਰ ਤੁਸੀਂ ਆਪਣੇ ਉਸਤਾਦ ਨਾਲ ਗੱਲ ਕਰਾਓ ਮੇਰੀ। ਉਹ ਤੁਹਾਡੇ ਸਾਹਮਣੇ ਤਾਂ ਮੇਰੇ ਉਸਤਾਦ ਥੱਲੇ ਉਤਰ ਕੇ ਗਏ ਨੇ, ਤੁਸੀਂ ਉਹਨਾਂ ਨਾਲ ਗੱਲ ਕਰਨੀ ਆ ਨਾ, ਤੇ ਜਦੋਂ ਉਹ ਸਟੇਜ ਤੇ ਹੋਣਗੇ ਨਾ ਉਦੋਂ ਹੀ ਗੱਲ ਕਰਿਓ, ਉਸ ਤੋਂ ਬਾਅਦ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ। ਵੈਸੇ ਕੱਲ ਸਾਡਾ ਸ਼ਾਮ ਨੂੰ ਨਾਟਕ ਹੈ, ਉਦੋਂ ਗੱਲ ਕਰਨੀ ਆ ਤਾਂ ਦੇਖ ਲਿਓ। ਚਲੋ ਭਾਜੀ, ਫਿਰ ਮੈਂ ਕੱਲ ਤੁਹਾਨੂੰ 7 ਵਜੇ ਮਿਲਦਾ, ਠੀਕ ਹੈ ਭਾਜੀ? ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਮੌਤ ਪੈਂਦੀ ਤੈਨੂੰ? ਸ਼ੁਕਰ ਕਰ ਸ਼ੁਕਰ, ਮੈਂ ਤੈਨੂੰ ਚਾਹ ਪਿਆਉਣ ਡਿਆ, ਤੂੰ ਜਿਹੜੀ ਕਰਤੂਤ ਕੀਤੀ ਆ ਨਾ, ਤੂੰ ਤਾਂ ਪਾਣੀ ਪਿਆਉਣ ਦੇ ਕਾਬਲ ਨਹੀਂ ਆ। ਇੱਧਰ ਵੀ ਪਿਆ ਦਿਓ ਚਾਹ, ਹੋਰ ਵੀ ਬੜਾ ਕੁਛ ਮਿਲਣ ਡਿਆ ਜੀ। ਕੱਚੀ ਲੱਸੀ ਪਿਆ ਦਿਓ, ਇੱਧਰ ਮੇਰੀ ਲੱਸੀ ਵੀ ਹੋਣ ਡਈ ਨਾਲ। ਦੁਖੀ ਕਿਉਂ ਹੁੰਦੇ ਹੋ? ਮਿਲ ਜੂਗਾ ਰਾਹੁਲ? ਮੈਨੂੰ ਰਾਹੁਲ ਮਿਲੇਗਾ ਤਾਂ ਤੈਨੂੰ ਪੰਮੀ ਮਿਲੂਗੀ। ਪਾਪਾ ਜੀ, ਪਾਪਾ ਜੀ, ਤੁਹਾਡਾ ਰਾਹੁਲ ਮਿਲ ਗਿਆ ਜੀ। ਰਾਹੁਲ ਮਿਲ ਗਿਆ? ਹਾਂਜੀ ਹਾਂਜੀ। ਕਿੱਥੇ ਆ? ਉਹ ਦੱਸ ਤਾਂ ਮੈਂ ਦਊਂਗਾ, ਪਰ ਰੁਪਈਆ ਲੱਗਣਾ ਜੇ 500 ਇਹੋ ਤੇ ਤੁਹਾਡਾ ਕਾਰੋਬਾਰ ਹੈ, ਫੇਰ ਇਹਦੇ ਤੋਂ ਲੈ। ਮੈਂ ਕਿਉਂ ਦਊਂਗਾ? ਗਵਾਇਆ ਮੈਂ ਕਿ ਤੂੰ? ਦੇ ਦਿਆਂਗਾ 500 ਰੁਪਏ, ਦੱਸ ਦੱਸ ਕਿੱਥੇ ਰਾਹੁਲ? ਅੱਛਾ ਮੇਰੀ ਗੱਲ ਸੁਣੋ, ਕੱਲ ਨਾ ਮੈਂ ਸ਼ਹਿਰ ਗਿਆ, ਉੱਥੇ ਇੱਕ ਬਫੈਲੋ ਨਾਟਕ ਮੰਡਲੀ ਵਾਲੇ ਨਾਟਕ ਦੀ ਪਲੇ ਦੀ ਰਿਹਰਸਲ ਚੱਲਦੀ ਪਈ ਸੀ। ਅੱਛਾ, ਉਹਨਾਂ ਦੇ ਲਾਗੇ ਨਾ ਬਾਹਰ ਤੁਹਾਡਾ ਕੱਟਾ ਬੰਨਿਆ ਹੋਇਆ ਵੇਖਿਆ। ਕੱਟਾ ਨਹੀਂ, ਰਾਹੁਲ, ਰਾਹੁਲ ਮੇਰਾ ਪੁੱਤ ਆ, ਪੁੱਤ, ਪੁੱਤ ਆ ਮੇਰਾ। ਰਾਹੁਲ ਕਹਿੰਦਾ? ਹਾਂਜੀ ਹਾਂਜੀ, ਰਾਹੁਲ ਹੀ ਬੰਨਿਆ ਹੋਇਆ ਸੀਗਾ। ਫਿਰ ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਕਿਹਾ ਬੋਲ, ਉਹ ਬੋਲਿਆ ਹੀ ਨਹੀਂ, ਉਹ ਗੁੰਗਾ ਹੀ ਸੀਗਾ। ਰਾਹੁਲ ਯਾਰ, ਰਾਹੁਲ ਮਿਲ ਗਿਆ। ਪਰ ਇਹ ਗੁੰਗਾ ਜੀ, ਜੇ ਰਾਹੁਲ ਲੈਣਾ ਜੇ ਨਾ, ਆਪਾਂ ਨੂੰ ਉਹਨਾਂ ਕੋਲ ਜਾਣਾ ਪੈਣਾ। ਉਹਨਾਂ ਦਾ ਜਿਹੜਾ ਉਸਤਾਦ ਹੈ ਨਾ, ਉਸਤਾਦ, ਉਹ ਬਸ ਸਟੇਜ ਤੇ ਗੱਲ ਕਰਦਾ ਜੀ, ਸਟੇਜ ਦੇ ਥੱਲੇ ਗੱਲ ਕਰਦਾ ਹੀ ਨਹੀਂ। ਉਹ ਥੀਏਟਰ ਨਾਲ ਬੜਾ ਪਿਆਰ ਆ ਉਹਨੂੰ। ਮੈਂ ਉਹ ਕੋ ਅੱਜ ਸ਼ਾਮ ਦਾ ਟਾਈਮ ਲੈ ਆਇਆ ਜੇ, ਜੇ ਤੁਸੀਂ ਆਪਣਾ ਕੱਟਾ ਲੈਣਾ ਜੇ ਨਾ, ਮਤਲਬ ਕਿ ਜੇ ਰਾਹੁਲ ਲੈਣਾ ਜੇ ਨਾ, ਰਾਹੁਲ ਤੇ ਮੇਰੇ ਨਾਲ ਸ਼ਾਮੀ ਚੱਲਿਓ, ਚੱਲਾਂਗੇ। ਹਾਂਜੀ ਹਾਂਜੀ ਹਾਂਜੀ, ਸਟੇਜ ਤੇ ਗੱਲ ਕਰਨੀ ਪੈਣੀ ਤੁਹਾਨੂੰ ਸਾਰੀ। ਕੋਈ ਨਹੀਂ, ਸਟੇਜ ਤੇ ਹੀ ਗੱਲ ਕਰ ਲਾਂਗੇ ਉਹਦੇ ਨਾਲ, ਕਿਸੇ ਹਿਸਾਬ ਨਾਲ। ਜੇ ਪੁੱਤ ਗੱਲ ਝੂਠ ਨਿਕਲੀ ਨਾ, ਇਸੇ ਬੰਬੂਕਾਰ ਤੇ ਸਿਰ ਦੇਣਾ ਤੇਰਾ ਵੇਖੀ। ਉਹ ਮਹਾਰਾਜ, ਤੁਹਾਡਾ ਹੀ ਕੱਟਾ। ਰਾਹੁਲ ਕਹਿ, ਰਾਹੁਲ, ਤੁਹਾਡਾ ਹੀ ਰਾਹੁਲ ਸੀਗਾ। ਆਹੋ, ਚਲੋ ਫਿਰ ਮੈਂ ਕੱਲ ਮਿਲਦਾ। ਹਾਂ, ਤੋਰੋ ਇਹਨੂੰ। ਪਰ ਭਾਜੀ, 500 ਰੁਪਿਆ ਮੇਰਾ। 500 ਯਾਰ, 200 ਮੇਰੀ ਗੱਲ ਸੁਣ, ਤੁਸੀਂ ਦੇ ਦੋ, ਮੈਂ ਬਾਅਦ ਚ ਦੇ ਦੂੰਗਾ। ਮੈਂ ਕੱਟਾ ਕਹਿ ਦੇਣਾ ਉਹਨੂੰ, ਤੁਸੀਂ ਦੇ ਦੋ, ਮੈਂ ਬਾਅਦ ਚ ਦੇ ਦੂੰਗਾ। ਮੈਂ ਦਿਆਂ? ਹਾਂਜੀ, ਮੈਂ ਲੈ ਲੈਣਾ ਹੀ। ਉਹ ਜਵਾਈ ਆ ਤੁਹਾਡਾ, ਫਿਰ ਕੀ ਹੋਇਆ? ਮੈਂ ਲੈ ਲੈਣਾ ਹੀ। ਉਹ ਦੇ ਦਿਆਂਗਾ। ਦੇ ਦਿਓ ਪਾਪਾ ਜੀ, 150 ਰੁਪਿਆ, ਤੁਸੀਂ ਨਾਲ ਲੈ ਕੇ ਜਾਣਾ। ਆ ਲੈ, ਅੱਜ ਤੁਸੀਂ ਨਾਲ ਕੱਢਦੇ ਆ ਜਾ ਕਾਕਾ, ਕੱਲ ਸਵੇਰੇ ਜਾਣਾ ਆਪਾਂ। ਹਾਂ, ਅਨਾਰਕਲੀ, ਤੁਹਾਰੀ ਇਸ ਹਿਮਾਕਤ ਕੇ ਲਿਏ ਤੁਮੇ ਜਿੰਦਾ ਦੀਵਾਰ ਮੇ ਚਿਨਵਾ ਦੇਂਗੇ। ਯਾ ਖੁਦਾ, ਅਗਰ ਮੇਰੇ ਪਿਆਰ ਮੇ ਸੱਚਾਈ ਹੈ ਤੋ ਕਿਸੀ ਐਸੇ ਫਰਿਸ਼ਤੇ ਕੋ ਭੇਜ ਜੋ ਮੇਰੀ ਮਦਦ ਕਰ ਸਕੇ। ਸ਼ਕਤੀਮਾਨ, 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 ਸ਼ਕਤੀ ਸ਼ਕਤੀਮਾਨ, ਸ਼ਕਤੀ ਸ਼ਕਤੀ ਸ਼ਕਤੀਮਾਨ, ਸ਼ਕਤੀਮਾਨ, ਅਲੀ ਫਲਾਲਾ, ਅਲੀ ਫਲਾਲਾ, ਅਲੀ ਫਲਾਲਾ। ਚੈੱਕ ਮਾਰ ਦੀਏ ਤੇ ਪਿੱਛੇ ਚ ਬਾਕੀ ਬੰਦੇ ਨੂੰ ਕਾਲੇ ਕੱਪੜੇ ਪਾ ਦੀਏ ਤੇ ਕ੍ਰਿਸ਼ ਬਾਕੀ। ਨਮਕੂਲ ਗੁਸਤਾਖ, ਤੁਮ ਤਿੰਨੋ ਹੋ ਕੌਣ? ਇਹਨਾਂ ਦੋਵਾਂ ਦਾ ਤੇ ਚਲੋ ਕੋਈ ਨਹੀਂ ਪਤਾ, ਹਿੰਦੁਸਤਾਨ ਮੇ ਰਹਿ ਕੇ ਸ਼ਕਤੀਮਾਨ ਕੋ ਨਹੀਂ ਜਾਣਤੇ ਹੂੰ। ਹਰਭਜਨ ਮਾਨ, ਗੁਰਦਾਸ ਮਾਨ ਤੇ ਮਾਨਾ ਦਾ ਮਾਨ, ਸ਼ਕਤੀਮਾਨ। ਬਕਵਾਸ ਬੰਦ ਕਰੋ।
हम अभी इस गुस्ताख लड़की को दीवार में चिनवा देंगे। तू ही बादशाह के बंदे वाला काम करो, कड़े काम आज पाया जो शर्म करो। गुस्ताख, तुम तीनों यहाँ क्या करने आए हो? तेन को दसिए तू है कौन? हम अनारकली के सलीम है। सलीम है, मास्टर सलीम थोड़ी है। ओ इन्हों ने ऐदा नहीं मनना, चक ला इनू। ओ अनारकली नू। नहीं, ये हमारी जान है। अनारकली तुम्हारी जान है तो राहुल हमारी जान है। जी जा, इन्होंने ऐदा नहीं मनना, फाल लो। ओ यार कौम, यार कौम के इन्हों चक ला। इन्हों चकन ना राहुल वापस दे देंगे सानू। यार दे देंगे। शक्ति 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 मान, शक्ति 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 मान, शक्ति 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 मान। स्टैचू। शक्ति शक्ति शक्ति। तेरे की माँ खाई ना गना करके ना, पम्मी राहुल वाले ट्रैक्टिव हुई जान दिया, उन्हें चुकना है आपका चल कोम। उन्हें फड़ के रखो। थैंक यू। ओवर। राहुल को हमारे हवाले कर दो, नहीं तो मैं शक्तिमान चौक के ले जाऊंगा। अच्छा, चौक के ले जाऊंगा। सॉरी शक्तिमान। सिपाही। हो गई गल इन्होंने गल कर दी राहुल दी मेरा राहुल मैनू दे दियो राहुल मैनू दे दियो राहुल कौन राहुल जेड़ा बार रस्से ना बद्दा है वो कटा कटा नहीं कहना वो मेरा पोते वेरा हो पर वो मैं नहीं दे सकता क्यों नहीं दे सकता क्योंकि वो मेरी जान है ठीक है वो तो आड़ी जान है पर ओ हुन मेरी जान बन गई है। ऐसा की हो गया दो दिन के राहुल साडा तुहाडे लई जान बन गया? बहुत लंबी कहानी है। तीन दिन तो होए गवाचण, इन्नी कड़ी लंबी कहानी है? गल दसो जड़ी होई है। मैं ते मेरी वोटी व्याह तो वापिस आ रहे सी अपनी कार च, के अचानक मेरी गड्डी दा बैलेंस बिगड़ गया ते साडी कार नहर च जा पई। मैं बड़िया आवाजा मारिया, बड़े लोगों हाका मारिया, बचाओ बचाओ, पर किसी ने मेरी आवाज ना सुनी। पर फिर राहुल आया। मैं अपनी वोटी की चुन्नी ओदे वाल सुट्टी, उन्ने अपने दंदा नाल सानू दोहां नू बाहर खिंच लिया। भला करना तेना दे खून च राहुल दी मां राणो ने भला करदी करदी ने अपनी जान दे दित्ती, ते राहुल ने ਤੁਹਾਡਾ ਪਤਾ ਕਰਦੇ ਕਰਦੇ ਆਪਣੀ ਜਾਨ ਦਾਹ ਤੇ ਲਾਤੀ। ਮੇਰਾ ਰਾਹੁਲ ਮੈਨੂੰ ਦੇ ਦਿਓ, ਮੇਰਾ ਰਾਹੁਲ ਮੈਨੂੰ ਦੇ ਦਿਓ। ਰੁਕੋ, ਨਹੀਂ ਇਦਾਂ ਨਾ ਕਰੋ, ਮੇਰੇ ਪੈਰਾਂ 'ਚ ਡਿੱਗ ਕੇ ਮੇਰੇ ਸਿਰ ਭਾਰ ਨਾ ਚਾੜੋ। ਮੈਂ ਤੁਹਾਡਾ ਰਾਹੁਲ ਤੁਹਾਨੂੰ ਦਿਆਂਗਾ। ਧੰਨਵਾਦ ਜੀ, ਧੰਨਵਾਦ। ਦਿੱਤਾ ਤੁਹਾਡਾ ਰਾਹੁਲ, ਲੈ ਜਾਓ ਇਹਨੂੰ ले जो। सलीम तखलिया। शुक्र है रब्बा स्यापा मुक्या। बापू चीजा कहता शुक्र है स्यापा मुक्या। वो कटा मिल गया खुशियां। राहुल राहुल जी हां चलो तो ही निकलो, मैं नारकली नु लेके आया। इधर किधर चला, उधर चला। गल सुन यार, तेरा तो ब्याह गया, मेनू तो करा लेने के नाल। ओ पहला भाभी तेरी ले आई है, चल चल राती आना मैं। ਚੰਗਾ ਪਾਪਾ ਜੀ, ਜਿਉਂਦਾ ਰਹੋ ਪੁੱਤ, ਜਿਉਂਦਾ ਰਹੋ। ਚੰਗਾ ਮੀ ਪੰਮੀ ਪੁੱਤਰ, ਆਪਣਾ ਖਿਆਲ ਰੱਖੀ, ਧਿਆਨ ਰੱਖਿਓ। ਮੈਂ ਰੱਖਾਂਗਾ ਧਿਆਨ ਪੁੱਤਰ, ਚਲੋ ਚਿੰਤਾ ਨਾ ਕਰ। ਆ ਜਾ, ਚੱਲ ਬਈ ਸ਼ੁਰੂ ਹੋ। ਰੋ ਕੀਆ, ਪਰ ਕਰ ਲੈਣ ਦਿਓ। राहुल 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 नहीं बोलिया गूंगा ओए साडैया। दसदा तू पानी लिया
ਪਾਣੀ ਪਾ। ਮੈਂ ਪਿਛਲੇ ਮਹੀਨੇ ਦੇ ਸੱਜੇ ਪੈਰ ਤੇ ਮਸ਼ੀਨ ਵਾਲੇ ਦਾ ਨਾਂ ਰਾਹੁਲ ਲਿਖਵਾਇਆ ਸੀ, ਉਹ ਨਹੀਂ ਆ। ਤੇ ਫਿਰ ਅਸਲੀ ਰਾਹੁਲ ਕਿੱਥੇ ਆ? ਇਹੀ ਤਾਂ ਮੈਂ ਪੁੱਛਦਾ, ਸਾਡਾ ਅਸਲੀ ਰਾਹੁਲ ਕਿੱਥੇ ਆ?